ਸ਼੍ਰੀ ਵਾਹਿਗੁਰੂ ਸਾਹਿਬ ਜੀ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਾਇਆ ਪ੍ਰਾਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੋਂ ਨਾਹੀ ਵਿਸਰਿਆ ਬੇਸ਼ੁਮਾਰ ਅਥਾਹ ਅਗਣਤ ਅਤੁਲ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਜਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਹਿਥ ਚਵਰ ਤਖਤ ਕੇ ਮਾਲਕ ਵਾਲੀਏ ਕੁਲ ਆਲਮ ਦੀਨ ਦੁਨੀ ਦੇ ਪਾਤਸ਼ਾਹ ਸੱਚੇ ਸਤਿਗੁਰੂ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਦਾ ਸਵਰੂਪ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਕ ਜੋਤ ਗੁਰਗੱਦੀ 'ਤੇ ਬਿਰਾਜਮਾਨ ਜੁਗੋ ਜੁਗ ਅਟਲ ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਗਵਾਈਏ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਝੁਕਾਵੋ ਸੀਸ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਰਸਨਾ ਕਰੋ ਪਵਿੱਤਰ ਬੁਲਾਵੋ ਗੱਜ ਕੇ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਮਿਹਰ ਕੀਤੀ ਹੈ ਤਰਸ ਖਾਧਾ ਹੈ ਕਿਰਪਾ ਦੇ ਘਰ ਵਿੱਚ ਆ ਕੇ ਆਪਣੀ ਗੋਦੀ ਵਿੱਚ ਬੈਠਣ ਦਾ ਸੁਭਾਗ ਪ੍ਰਦਾਨ ਕੀਤਾ ਹੈ ਬਾਲਾ ਪ੍ਰੀਤਮ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਇਸ ਪਾਵਨ ਪਵਿੱਤਰ ਅਸਥਾਨ 'ਤੇ ਅੰਮ੍ਰਿਤ ਵੇਲੇ ਤੋਂ ਹੀ ਬੇਅੰਤ ਸੰਗਤਾਂ ਨਕਮਸਤਕ ਹੋ ਕੇ ਹਰ ਰਹੀਆਂ ਹਨ ਮਹਾਰਾਜ ਜੀ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ ਆਪਣੀਆਂ ਪ੍ਰੇਮ ਦੀਆਂ ਭੇਟਾਵਾਂ ਸਤਿਗੁਰੂ ਅੱਗੇ ਅਰਪਣ ਕਰਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਹਾਸਲ ਕੀਤੀਆਂ ਜਾ ਰਹੀਆਂ ਹਨ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਵਿੱਚ ਜਿੱਥੇ ਮਹਾਰਾਜ ਜੀ ਦੀ ਬਾਣੀ ਦੇ ਪਾਠ ਹੋਏ ਹਨ ਗੁਰਬਾਣੀ ਕੀਰਤਨ ਹੋਇਆ ਹੈ ਉੱਥੇ ਇਸ ਅਸਥਾਨ 'ਤੇ ਚੱਲ ਰਹੀ ਮਰਿਆਦਾ ਅਨੁਸਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੀ ਲੜੀਵਾਰ ਵਿਚਾਰ ਦਾ ਇਹ ਸਮਾਂ ਹੈ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਜੋ ਅੱਜ ਅਸੀਂ ਸ਼ਬਦ ਨੂੰ ਵਿਚਾਰਨਾ ਹੈ ਗੁਰੂ ਦੀ ਕਿਰਪਾ ਦੁਆਰਾ ਉਸ ਦਾ ਮੂਲ ਰੂਪ ਵਿੱਚ ਪਾਠ ਆਪ ਜੀ ਨੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਜੋ ਇਸ ਅਸਥਾਨ ਦੇ ਮੁੱਖ ਗ੍ਰੰਥੀ ਸਾਹਿਬਾਨ ਹਨ ਉਹਨਾਂ ਦੀ ਰਸਨਾ ਤੋਂ ਮੂਲ ਰੂਪ ਦੇ ਵਿੱਚ ਇਹ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਰਾਗ ਸੂਹੀ ਦੇ ਅੰਦਰ ਇਹ ਪੰਜਵਾਂ ਬਚਨ ਹੈ ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 729 ਉੱਪਰ ਸੁਭਾਏ ਮਾਨ ਹੈ ਕੱਲ੍ਹ ਦਾ ਸ਼ਬਦ ਜੋ ਆਇਆ ਸੀ ਉਹਦੇ ਵਿੱਚ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ ਦੱਸਿਆ ਸੀ ਵੀ ਇਹ ਇਨਸਾਨ ਜੇ ਨਿਰੰਕਾਰ ਨਾਲ ਮਿਲਣਾ ਹੈ ਤਾਂ ਗੁਣਾਂ ਦੀ ਗੰਠੜੀ ਕੋਲ ਹੋਣੀ ਚਾਹੀਦੀ ਹੈ
ਸਤਿਗੁਰੂ ਕਿਰਪਾ ਕਰਨ, ਉਹ ਆਪਣੇ ਘਰ ਦਾ ਗਿਆਨ ਪ੍ਰਦਾਨ ਕਰਨ, ਸ਼ੁਭ ਗੁਣਾਂ ਦੇ ਧਾਰਨੀ ਬਣਾ ਦੇਣ, ਸਚਿਆਰ ਪਦ ਦੇ ਅਖਤਿਆਰ ਕਰਵਾ ਦੇਣ ਅਤੇ ਆਪਣੇ ਨਾਮ ਬਾਣੀ ਨਾਲ ਜੋੜ ਕੇ ਆਪਣੇ ਘਰ ਦੀ ਸਿੱਖਿਆ ਉਪਦੇਸ਼ ਸਾਡੇ ਹਿਰਦੇ ਅੰਦਰ ਟਿਕਾ ਦੇਣ, ਜਿਸ ਦੁਆਰਾ ਕਿ ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆਂ ਕਰਤਾਰ ਦੇ ਨਾਲ ਸਾਂਝ ਪੈ ਜਾਵੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਵਾਰ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ, ਕਿਉਂਕਿ ਸਤਿਗੁਰੂ ਜੀ ਆਪ ਕਿਰਸਾਨੀ ਕਰਦੇ ਹਨ, ਹਜ਼ੂਰ ਆਪਣੇ ਖੇਤਾਂ ਦੇ ਵਿੱਚੋਂ ਵਾਪਸ ਆ ਰਹੇ ਸਨ। ਸਤਿਗੁਰੂ ਜੀ ਦੇ ਨਾਲ ਹਜ਼ੂਰ ਦੇ ਵੱਡੇ ਫਰਿਆਂਦ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਅਤੇ ਨਾਲ ਹੀ ਸਤਿਗੁਰੂ ਜੀ ਦੇ ਅਨਿੰਨ ਪਿਆਰੇ ਸਿੱਖ ਸਨ, ਜਿਨ੍ਹਾਂ ਵਿੱਚੋਂ ਸਤਿਕਾਰਯੋਗ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਜਿਹੜੇ ਉਸ ਵੇਲੇ ਭਾਈ ਲਹਿਣਾ ਦੇ ਰੂਪ ਵਿੱਚ ਸਨ। ਹਜ਼ੂਰ ਅੱਗੇ ਆਏ, ਰਸਤੇ ਦੋ ਹੋ ਗਏ, ਇੱਕ ਪਿਆ ਸੀ, ਇੱਕ ਪਗਡੰਡੀ ਸੀ। ਆਮ ਤੌਰ ਦੇ ਉੱਤੇ ਜਿਨ੍ਹਾਂ ਨੇ ਪਿੰਡਾਂ ਥਾਵਾਂ ਦੇ ਉੱਤੇ ਰਹਿ ਕੇ ਖੇਤਾਂ ਵਾਲੇ ਪਾਸਿਆਂ ਨੂੰ ਕੰਮ ਕੀਤਾ ਹੈ, ਉਹਨਾਂ ਨੂੰ ਪਤਾ ਹੈ ਕਿ ਪਗਡੰਡੀ ਰਸਤਾ ਉਹ ਜਿਹੜਾ ਵੱਟਾਂ ਦੇ ਉੱਤੋਂ ਦੀ ਆਪਾਂ ਤੁਰ ਕੇ ਜਾਂਦੇ, ਔਰ ਪਿਆ ਉਹ ਜਿਹੜਾ ਥੋੜ੍ਹਾ ਖੁੱਲ੍ਹਾ ਹੁੰਦਾ, ਜਿਹਦੇ ਵਿੱਚੋਂ ਸਾਡਾ ਗੱਡਾ ਜਾਂ ਟਰਾਲੀ ਵੀ ਲੰਘ ਜਾਂਦੀ। ਹਜ਼ੂਰ ਗੁਰੂ ਨਾਨਕ ਦੇਵ ਜੀ ਆ ਕੇ ਖਲੋ ਗਏ, ਜਿੱਥੋਂ ਕਰਤਾਰਪੁਰ ਨੂੰ ਦੋ ਰਾਹ ਜਾਂਦੇ ਸਨ, ਇੱਕ ਸੀ ਪਗਡੰਡੀ ਦਾ ਰਾਹ ਅਤੇ ਇੱਕ ਸੀ ਪਿਆ ਰਾਹ। ਹਜ਼ੂਰ ਗੁਰੂ ਨਾਨਕ ਦੇਵ ਜੀ ਨੇ ਪੁੱਛ ਲਿਆ, ਕਹਿਣ ਲੱਗੇ ਕਿਹੜਾ ਰਾਹ ਸੌਖਾ ਹੈ ਕਰਤਾਰਪੁਰ ਨੂੰ ਜਾਣ ਵਾਸਤੇ, ਅਤੇ ਸਤਿਗੁਰੂ ਜੀ ਨੇ ਆਪਣੇ ਵੱਡੇ ਫਰਿਆਦ ਨੂੰ ਕਿਹਾ, ਬਾਬਾ ਸ਼੍ਰੀ ਚੰਦ ਨੂੰ। ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਕਿ ਆਪਣੇ ਪਿੰਡ ਨੂੰ ਜਾਂਦੇ ਰਾਹਾਂ ਬਾਰੇ ਤਾਂ ਸਾਨੂੰ ਬਹੁਤ ਗਿਆਨ ਹੈ, ਸਾਨੂੰ ਕਿਹੜਾ ਨਹੀਂ ਪਤਾ ਕਿਹੜਾ ਰਾਹ ਸੌਖਾ ਜਾਂਦਾ ਹੈ। ਜੇ ਆਪਾਂ ਕਿਸੇ ਗੱਡੇ ਟਰਾਲੀ ਨੂੰ ਲੈ ਕੇ ਜਾਣਾ ਹੈ ਤਾਂ ਪਿਤਾ ਗੁਰਦੇਵ ਫਿਰ ਇਸ ਰਾਹ ਦੇ ਉੱਤੇ ਤੁਰਦੇ ਹਾਂ, ਇਹ ਸਾਨੂੰ ਪਹੁੰਚਾ ਦੇਵੇਗਾ, ਔਰ ਜੇ ਅਸੀਂ ਉੱਦਾਂ ਹੀ ਤੁਰ ਕੇ ਜਾਣਾ ਅਤੇ ਛੇਤੀ ਪਹੁੰਚਣਾ ਚਾਹੁੰਦੇ ਹਾਂ ਤਾਂ ਫਿਰ ਇੰਜ ਕਰੀਏ, ਇਸ ਪਗਡੰਡੀ ਦੇ ਉੱਤੇ, ਇਸ ਵੱਟ ਦੇ ਉੱਤੇ ਤੁਰ ਕੇ ਪਹੁੰਚ ਸਕਦੇ ਹਾਂ। ਹਜ਼ੂਰ ਨੇ ਛੋਟੇ ਬੇਟੇ ਨੂੰ ਪੁੱਛਿਆ, ਉਹਨੇ ਵੀ ਇਹੋ ਹੀ ਜਵਾਬ ਦਿੱਤਾ, ਕਹਿਣ ਲੱਗਾ ਸੌਖਾ ਢੰਗ ਤਾਂ ਇਹੋ ਹੀ ਆ ਵੀ ਵੱਟਾਂ ਦੇ ਉੱਤੇ ਤੁਰੀਏ ਅਤੇ ਛੇਤੀ ਘਰ ਪਹੁੰਚ ਜਾਈਏ। ਕੁਝ ਸਿੱਖਾਂ ਨੇ ਵੀ ਇਹੀ ਹੋ ਕਿਹਾ। ਹਜ਼ੂਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਲਹਿਣੇ ਵੱਲ ਇਸ਼ਾਰਾ ਕੀਤਾ, ਕਹਿਣ ਲੱਗੇ ਪੁਰਖਾ ਤੂੰ ਦੱਸ ਕਰਤਾਰਪੁਰ ਨੂੰ ਜਾਣ ਵਾਸਤੇ ਸੌਖਾ ਰਾਹ ਕਿਹੜਾ ਹੈ। ਹਜ਼ੂਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਬਚਨ ਕੀਤਾ ਅਤੇ ਭਾਈ ਲਹਿਣੇ ਨੇ ਆਪਣੀਆਂ ਅੱਖਾਂ ਝੁਕਾ ਲਈਆਂ, ਸਿਰ ਨੀਵਾਂ ਕਰ ਲਿਆ, ਹੱਥ ਜੋੜ ਕੇ ਕਹਿਣ ਲੱਗਾ ਸਤਿਗੁਰੂ ਪਾਤਸ਼ਾਹ, ਜੇ ਮੈਨੂੰ ਪਤਾ ਹੁੰਦਾ ਕਿ ਕਰਤਾਰਪੁਰ ਨੂੰ ਜਾਣ ਵਾਲਾ ਰਾਹ ਕਿਹੜਾ ਹੈ ਅਤੇ ਕਿੰਨਾ ਕੁ ਸੌਖਾ ਹੈ, ਅਤੇ ਫਿਰ ਮਹਾਰਾਜ ਮੈਂ ਤੁਹਾਡੇ ਕੋਲ ਕਿਉਂ ਆਉਂਦਾ। ਤੁਹਾਡੇ ਕੋਲ ਤਾਂ ਆਇਆ ਹੀ ਇਸ ਕਰਕੇ ਹਾਂ ਕਿ ਪਤਾ ਲੱਗ ਜਾਵੇ ਕਰਤਾਰਪੁਰ ਨੂੰ, ਕਰਤਾ ਪੁਰਖ ਵਾਹਿਗੁਰੂ ਜੀ ਦੇ ਘਰ ਨੂੰ ਰਾਹ ਕਿਹੜਾ ਜਾਂਦਾ ਹੈ ਅਤੇ ਕਿੰਨਾ ਕੁ ਸੌਖਾ ਹੈ, ਉਹਦੇ ਉੱਤੇ ਤੁਰਿਆਂ ਕਿਵੇਂ ਅਸੀਂ ਪਹੁੰਚ ਸਕਦੇ ਹਾਂ। ਸਾਧ ਸੰਗਤ ਜੀ, ਸਾਡੀ ਬਦਕਿਸਮਤੀ ਇਹੀ ਹੈ ਕਿ ਅਸੀਂ ਗੁਰੂ ਦੇ ਕੋਲੋਂ ਰਾਹ ਪੁੱਛਣ ਵਾਸਤੇ ਆਉਂਦੇ ਹੀ ਨਹੀਂ, ਅਸੀਂ ਗੁਰੂ ਦੇ ਹੁਕਮਾਂ ਅੰਦਰ ਤੁਰਦੇ ਹੋਈਏ ਅਤੇ ਗੁਰੂ ਕੋਲੋਂ ਆ ਕੇ ਪੁੱਛੀਏ, ਸਤਿਗੁਰੂ ਸਾਨੂੰ ਨਹੀਂ ਜੇ ਤੁਰਨਾ ਆਉਂਦਾ, ਸਾਨੂੰ ਨਹੀਂ ਪਤਾ ਉਸ ਰਾਹ ਦਾ, ਮਹਾਰਾਜ ਕਿਹੜੇ ਰਾਹ ਦੇ ਉੱਤੇ ਤੁਰਿਆਂ ਨਿਰੰਕਾਰ ਦੇ ਘਰ ਪਹੁੰਚੀਦਾ ਹੈ, ਅਸੀਂ ਤਾਂ ਖੁੰਝ ਗਏ ਹਾਂ, ਭੁੱਲ ਗਏ ਹਾਂ, ਔਜੜੇ ਰਾਹ ਦੇ ਉੱਤੇ ਪੈ ਗਏ ਹਾਂ, ਤੇਰੇ ਦਰ ਦੇ ਉੱਤੇ ਆਏ ਹਾਂ, ਕਿਰਪਾ ਕਰ ਅਤੇ ਸਾਨੂੰ ਕਰਤਾਰਪੁਰ ਜਾਣ ਦਾ ਰਾਹ ਦਿਖਾ ਦੇ, ਮਹਾਰਾਜ ਉਸ ਰਾਹ ਦੇ ਉੱਤੇ ਪਾ ਦੇ ਕਿ ਅਸੀਂ ਕਰਤਾਰਪੁਰ ਪਹੁੰਚ ਸਕੀਏ। ਬਦਕਿਸਮਤੀ ਸਾਡੀ ਇਹ ਕਿ ਅਸੀਂ ਗੁਰੂ ਕੋਲੋਂ ਪੁੱਛਣ ਨਹੀਂ ਆਉਂਦੇ, ਅਸੀਂ ਵੀ ਸ਼ਾਇਦ ਗੁਰੂ ਨੂੰ ਦੱਸਣ ਵਾਸਤੇ ਆਉਂਦੇ ਹਾਂ, ਇੱਥੇ ਆ ਕੇ ਵੀ ਦੱਸਦੇ ਹਾਂ, ਕਦੇ ਪੁੱਛਣ ਵਾਲਾ ਮਨ ਬਣ ਜਾਵੇ, ਗੁਰੂ ਸਾਡੇ ਹਿਰਦੇ ਦੇ ਅੰਦਰ ਆਪਣੀ ਸਿੱਖਿਆ ਟਿਕਾ ਦੇਵੇ, ਮਹਾਰਾਜ ਜੀ ਦੇ ਕੋਲੋਂ ਅਸੀਸ ਲਈਏ, ਮਹਾਰਾਜ ਜੀ ਸਾਨੂੰ ਨਹੀਂ ਪਤਾ ਤੁਹਾਡੇ ਰਾਹ ਦੇ ਉੱਤੇ ਕਿਵੇਂ ਤੁਰਿਆ ਜਾਂਦਾ ਹੈ, ਮਹਾਰਾਜ ਆਪ ਕਿਰਪਾ ਕਰੋ। ਅਤੇ ਸਤਿਗੁਰੂ ਫਿਰ ਸਮਝਾਉਣਗੇ, ਕਹਿਣਗੇ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੇ ਉਹਦੇ ਰਾਹ ਦੇ ਉੱਤੇ ਤੁਰਨਾ ਹੈ ਫਿਰ ਗੁਰੂ ਦੇ ਬਚਨਾਂ ਨੂੰ ਸੱਤ ਸੱਤ ਕਰਕੇ ਮੰਨਣਾ ਪਵੇਗਾ। ਗੁਰੂ ਦੇ ਕੋਲੋਂ ਪੁੱਛਣ ਵਾਸਤੇ ਆਏ ਮਹਾਰਾਜ, ਦੋ ਚਾਰ ਦਿਨ ਤੁਹਾਡੀ ਸੰਗਤ ਕਰਕੇ ਅਸੀਂ ਦੱਸਣ ਜੋਗੇ ਕਿੱਥੇ। ਭਾਈ ਲਹਿਣੇ ਨੇ ਵੀ ਹੱਥ ਜੋੜ ਕੇ ਇਹੋ ਹੀ ਬੇਨਤੀ ਕੀਤੀ ਸੀ, ਮਹਾਰਾਜ ਮੈਂ ਦੱਸਣ ਜੋਗਾ ਨਹੀਂ ਹੋਇਆ, ਮੈਂ ਤਾਂ ਤੁਹਾਡੇ ਕੋਲੋਂ ਪੁੱਛਣ ਵਾਲਾ ਹਾਂ। ਅਤੇ ਗੁਰੂ ਨੇ ਫਿਰ ਕਿਰਪਾ ਕੀਤੀ, ਕਹਿਣ ਲੱਗੇ ਜਿਹੜੇ ਪੁੱਛਣ ਆਉਂਦੇ ਨੇ,
ਜਿਨ੍ਹਾਂ ਦਾ ਅੰਦਰ ਖਾਲੀ ਹੁੰਦਾ ਹੈ ਉਹਨਾਂ ਦੇ ਵਿੱਚ ਹੀ ਕੋਈ ਵਸਤੂ ਟਿਕਦੀ ਹੈ। ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ। ਹੁਣੇ ਆਪ ਜੀ ਨੇ ਬਚਨ ਸਰਵਣ ਕੀਤਾ ਹੈ, ਜੇ ਪਹਿਲਾਂ ਹੀ ਬਰਤਨ ਪੂਰਾ ਭਰਿਆ ਹੋਇਆ ਹੈ ਉਹਦੇ ਵਿੱਚੋਂ ਬਾਹਰ ਚੀਜ਼ ਵਸਤੂ ਕਿਵੇਂ ਪਾ ਕੇ ਟਿਕਾਵਾਂਗੇ। ਹਜ਼ੂਰ ਨੇ ਕਿਹਾ ਪਹਿਲਾਂ ਆਪਣਾ ਗਿਆਨ, ਆਪਣੀ ਅਕਲ ਅਤੇ ਆਪਣੀ ਬੁੱਧੀ ਨੂੰ ਇੱਕ ਪਾਸੇ ਰੱਖਣਾ ਪਵੇਗਾ, ਗੁਰੂ ਦੇ ਅੱਗੇ ਆ ਕੇ ਮੱਥਾ ਟੇਕ ਕੇ ਗੋਡੇ ਟੇਕ ਕੇ ਹੱਥ ਜੋੜ ਕੇ ਬੇਨਤੀ ਕਰਨੀ ਪਵੇਗੀ। ਮਹਾਰਾਜ ਮੈਨੂੰ ਨਹੀਂ ਜੇ ਤੁਰਨਾ ਆਉਂਦਾ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੇ। ਗੁਰੂ ਕਰੇ ਕਿਰਪਾ ਆਪਣੇ ਪੱਲੇ ਨਾਲ ਜੋੜ ਲਵੇ, ਆਪਣੇ ਸ਼ਬਦ ਦਾ ਆਸਰਾ ਪਕੜਾ ਦੇਵੇ ਅਤੇ ਆਪ ਹੀ ਉਸ ਰਾਹ ਦੇ ਉੱਤੇ ਤੋਰ ਲਵੇ ਜਿਹੜਾ ਰਾਹ ਨਿਰੰਕਾਰ ਦੇ ਘਰ ਨੂੰ ਜਾਂਦਾ ਹੈ। ਹਜ਼ੂਰ ਕੋਲੋਂ ਅੱਜ ਸਤਿਗੁਰੂ ਗੁਰੂ ਨਾਨਕ ਦੇਵ ਜੀ ਕੋਲੋਂ ਬੇਨਤੀ ਕਰਕੇ ਇਹੀ ਪੁੱਛਣਾ ਹੈ, ਮਹਾਰਾਜ ਸਾਨੂੰ ਕਰਤਾਰਪੁਰ ਜਾਣ ਦਾ ਰਾਹ ਵਿਖਾ ਦਿਓ। ਹਜ਼ੂਰ ਨੇ ਫਿਰ ਉਪਦੇਸ਼ ਦਿੱਤਾ ਹੈ, ਇਹ ਸਿੱਖਿਆ ਹੈ ਮਹਾਰਾਜ ਦੇ ਘਰ ਦੀ, ਮਹਾਰਾਜ ਜੀ ਨੇ ਸਾਨੂੰ ਇਹ ਗਿਆਨ ਬਖਸ਼ਿਸ਼ ਕੀਤਾ ਹੈ। ਸੱਚਮੁੱਚ ਕਰਤਾਰਪੁਰ ਦਾ ਵਾਸੀ ਬਣਨਾ ਚਾਹੁੰਦਾ ਹੈ, ਖੁਦਾ ਅੱਲਾ ਪਰਮਾਤਮਾ ਦੇ ਘਰ ਦੇ ਵਿੱਚ ਆਪਣੀ ਥਾਂ ਬਣਾਉਣੀ ਚਾਹੁੰਦਾ ਹੈ, ਮੰਜ਼ਲੇ ਮਕਸੂਦ 'ਤੇ ਪਹੁੰਚ ਕੇ ਆਪਣੇ ਜੀਵਨ ਦੇ ਮਕਸਦ ਨੂੰ ਪੂਰੀਆਂ ਕਰਨਾ ਚਾਹੁੰਦਾ ਹੈ, ਅਤੇ ਆ ਫਿਰ ਮੈਂ ਤੈਨੂੰ ਰੱਬ ਦੇ ਘਰ ਪਹੁੰਚਣ ਦਾ ਇੱਕ ਸਾਧਨ ਅਤੇ ਢੰਗ ਦੱਸਾਂ। ਹਜ਼ੂਰ ਨੇ ਢੰਗ ਦੱਸਿਆ ਹੈ, ਪਹਿਲਾ ਬਚਨ ਸਤਿਗੁਰੂ ਜੀ ਦਾ ਇਸ ਪੰਕਤੀ ਦੇ ਅੰਦਰ ਹਜ਼ੂਰ ਕਹਿੰਦੇ, ਜਿਨ ਕੋ ਭਾਂਡੈ ਭਾਉ ਤਿੰਨਾ ਸਵਾਰ ਸੀ। ਜਿਹਦੇ ਉੱਤੇ ਉਹ ਕਿਰਪਾ ਕਰਦਾ ਹੈ ਉਹਦੇ ਹਿਰਦੇ ਰੂਪੀ ਭਾਂਡੇ ਦੇ ਵਿੱਚ ਪਿਆਰ ਪਾ ਦਿੰਦਾ ਹੈ, ਸੁਨੇਹੋ ਨਿਹੋਂ ਪਾ ਦਿੰਦਾ ਹੈ। ਔਰ ਇਹ ਪਿਆਰ ਸੰਸਾਰੀ ਪਿਆਰ ਨਹੀਂ, ਇਹ ਵਾਸ਼ਨਾ ਵਾਲਾ ਪਿਆਰ ਨਹੀਂ ਕਿ ਦੇਖਦੇ ਅਸੀਂ ਕਿਸੇ ਹੋਰ ਢੰਗ ਦੇ ਨਾਲ ਹਾਂ ਪਰ ਅੰਦਰ ਵਿਕਾਰਾਂ ਦਾ ਭਾਂਬੜ ਚੱਲ ਰਿਹਾ ਹੈ, ਅੰਦਰ ਵਿਕਾਰਾਂ ਦਾ ਹੜ ਉੱਠਿਆ ਹੋਇਆ ਹੈ। ਇਹ ਉਹ ਪਿਆਰ ਨਹੀਂ ਜਿਹੜਾ ਸਰੀਰਾਂ ਤੱਕ ਸੀਮਤ ਹੈ, ਇਹ ਉਹ ਪਿਆਰ ਨਹੀਂ ਜਿਹੜਾ ਵਿਕਾਰੀ ਪਿਆਰ ਹੈ, ਇਹ ਉਹ ਪਿਆਰ ਨਹੀਂ ਜਿਹੜਾ ਪਿਆਰ ਕੀਤਿਆਂ ਹੋਇਆਂ। ਕਈ ਵਾਰ ਘਰ ਦੀ ਧੀ ਤਾਂ ਇਹ ਕਹਿੰਦੀ ਹੈ ਮੈਂ ਆਪਣੇ ਪਿਆਰ ਦੇ ਵਿੱਚ ਪੂਰੀ ਹੋ ਗਈ, ਪਰ ਉਹਨੂੰ ਇਹ ਨਹੀਂ ਪਤਾ ਤੇਰੇ ਪੂਰਿਆਂ ਹੋਣ ਦਾ ਸਦਕਾ ਤੇਰੇ ਮਾਪਿਆਂ ਨੂੰ ਤੇ ਅੰਦਰ ਵੜ ਕੇ ਲੁਕ ਕੇ ਰੋਣਾ ਪੈ ਰਿਹਾ ਹੈ। ਕਿਹੋ ਜਿਹਾ ਉਹ ਪਿਆਰ ਜਿਸ ਪਿਆਰ ਦਾ ਸਦਕਾ ਮਾਪਿਆਂ ਨੂੰ ਸ਼ਰਮਿੰਦਗੀ ਨਾਲ ਸਿਰ ਨੀਵਾਂ ਕਰਨਾ ਪੈਂਦਾ ਹੈ, ਉਹ ਕਿਹੋ ਜਿਹਾ ਪਿਆਰ ਜਿਹੜਾ ਪੱਗ ਦੀ ਮਾਂ ਬਾਪ ਦੀ ਚਿੱਟੀ ਪੱਗ ਨੂੰ ਦਾਗ ਲਵਾ ਦਿੰਦਾ ਹੈ। ਹਜ਼ੂਰ ਕਹਿੰਦੇ ਭਲਿਆ ਪਿਆਰ ਕਰਨਾ ਹੀ ਤੇ ਉਹ ਕਰ ਜਿਸ ਪਿਆਰ ਦਾ ਸਦਕਾ ਤੇਰਾ ਵੀ ਸੰਸਾਰ ਦੇ ਉੱਤੇ ਨਾ ਹੋਵੇ, ਤੇਰੇ ਖਾਣ ਦਾਣ ਦੀਆਂ ਵੀ ਗੱਲਾਂ ਹੋਣ ਅਤੇ ਤੇਰੇ ਪਰਿਵਾਰ ਨੂੰ ਵੀ ਦੁਨੀਆ ਦੇ ਲੋਕ ਕਹਿਣ ਵੇਖੋ ਉਹਦੀ ਧੀ ਅਤੇ ਉਹਦੇ ਪੁੱਤਰ ਨੇ ਕਿਹੋ ਜਿਹਾ ਪਿਆਰ ਕੀਤਾ, ਅੱਜ ਬੁਲੰਦੀਆਂ ਨੂੰ ਛੋਹ ਗਏ। ਉਹ ਕਿਹੋ ਜਿਹਾ ਪਿਆਰ ਹੈ ਆਪਣੇ ਬੱਚਿਆਂ ਨੂੰ ਅਸੀਂ ਉਹ ਸੰਸਾਰੀ ਪਿਆਰ ਨਹੀਂ ਸਿਖਾਉਣਾ ਜਿਸ ਨੇ ਸਮਾਜ ਦੇ ਅੰਦਰ ਅੱਜ ਹਲਚਲ ਮਚਾ ਕੇ ਰੱਖ ਦਿੱਤੀ ਹੈ। ਆ ਜਿਹੜੀਆਂ ਸਾਡੇ ਆਸ ਪਾਸ ਵੱਲ ਘਟਨਾਵਾਂ ਘਟਦੀਆਂ ਨੇ ਉਹਨਾਂ ਦਾ ਕਾਰਨ ਇਹੀ ਹੈ ਕਿ ਅਸੀਂ ਸ਼ਾਇਦ ਆਪਣੇ ਬੱਚਿਆਂ ਨੂੰ ਆਜ਼ਾਦੀ ਦੇ ਕੇ ਉਸ ਪਾਸੇ ਨੂੰ ਤੋਰ ਦਿੱਤਾ ਜਿਹੜਾ ਪਿਆਰ ਉਹਨਾਂ ਦਾ ਕੁਝ ਸਵਾਰਨ ਵਾਲਾ ਨਹੀਂ। ਸਾਨੂੰ ਚਾਹੀਦਾ ਸੀ ਆਪਣੇ ਬੱਚਿਆਂ ਨੂੰ ਕਹਿੰਦੇ ਬੱਚਿਓ ਪਿਆਰ ਕਰਨਾ ਹੈ ਤਾਂ ਸਵੇਰੇ ਉੱਠ ਕੇ ਜਪਜੀ ਦੇ ਨਾਲ ਕਰੋ, ਕਰੋ ਹਾਂ ਪਿਆਰ ਜਪਜੀ ਦੇ ਨਾਲ। ਕਿਹਦਾ ਬੱਚਾ ਹੈ ਜਿਹਦਾ ਪਿਆਰ ਜਪਜੀ ਸਾਹਿਬ ਦੇ ਪਾਠ ਨਾਲ ਪੈ ਜਾਵੇ ਅਤੇ ਦੁਨੀਆ ਦੇ ਲੋਕ ਉਹਦਾ ਸਤਿਕਾਰ ਨਾ ਕਰਨ। ਆਪਣੇ ਬੱਚਿਆਂ ਨੂੰ ਸਮਝਾਉਣ ਦੀ ਲੋੜ ਸੀ, ਪੁੱਤਰੋ ਤੁਸੀਂ ਉਸ ਪਿਤਾ ਦੇ ਪੁੱਤਰ ਹੋ ਜਿਹਨੇ ਆਪਣਾ ਸਰਬੰਸ ਵਾਰ ਦਿੱਤਾ ਮਨੁੱਖਤਾ ਵਾਸਤੇ, ਸੰਸਾਰ ਦੀ ਭਲਾਈ ਵਾਸਤੇ, ਆਪਣੇ ਪਰਿਵਾਰ ਵੱਲ ਨਹੀਂ ਤੱਕਿਆ, ਆਪਣੇ ਘਰ ਬਾਰ ਵੱਲ ਨਹੀਂ ਤੱਕਿਆ, ਆਪਣੇ ਪੁੱਤਰਾਂ ਵੱਲ ਨਹੀਂ ਤੱਕਿਆ, ਤੱਕਿਆ ਤਾਂ ਉਹਨਾਂ ਨੇ ਸੰਸਾਰ ਦੇ ਅੰਦਰ ਦੁਖੀ ਹੋਈ ਲੋਕਾਈ ਵੱਲ ਤੱਕਿਆ ਔਰ ਆਪਣੇ ਸੁੱਖ ਆਰਾਮ ਛੱਡ ਕੇ ਘਰ ਨੂੰ ਤਿਲਾਂਜਲੀ ਦੇ ਕੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਪਰਿਵਾਰ ਵੱਲੋਂ ਆਖਿਆ ਮੂੰਹ ਮੋੜ ਕੇ, ਭਾਵੇਂ ਕਿ ਉਹ ਫਿਰ ਦੁਬਾਰਾ ਪਰਿਵਾਰ ਵਿੱਚ ਆਉਂਦੇ ਨੇ ਪਰ ਉਹ ਮੋਹ ਮਮਤਾ ਨਹੀਂ ਕਿ ਸਿਰਫ ਆਪਣੇ ਪਰਿਵਾਰ ਵਾਸਤੇ ਜਿਉਣਾ ਹੈ। ਉਹਨਾਂ ਨੇ ਕਿਹਾ ਸਮੁੱਚਾ ਸੰਸਾਰ ਮੇਰਾ ਪਰਿਵਾਰ ਹੈ, ਮੈਂ ਇਸ ਪਰਿਵਾਰ ਨੂੰ ਚੰਗੇ ਰਾਹ ਦੇ ਉੱਤੇ ਤੋਰਨਾ ਹੈ। ਕਿਹੜਾ ਮਾਂ ਬਾਪ ਹੈ ਜਿਹੜਾ ਅੱਜ ਆਪਣੇ ਬੱਚਿਆਂ ਨੂੰ ਪੁੱਤਰਾਂ ਧੀਆਂ ਨੂੰ ਇਹ ਨਾ ਚਾਹੁੰਦਾ ਹੋਵੇ ਕਿ ਮੈਂ ਉਹਨਾਂ ਨੂੰ ਉਸ ਰਾਹ ਦੇ ਉੱਤੇ ਤੋਰਾਂ, ਉਹਨਾਂ ਨੂੰ ਉਹ ਸਿੱਖਿਆ ਦੇਵਾਂ, ਉਹਨਾਂ ਨੂੰ ਉਹ ਗਿਆਨ ਪ੍ਰਦਾਨ ਕਰਾਂ ਜਿਸ ਗਿਆਨ ਦਾ ਸਦਕਾ ਉਹ ਆਪਣੇ ਮਕਸਦ ਵਿੱਚ ਸਫਲਤਾ ਪ੍ਰਾਪਤ ਕਰ ਸਕਣ, ਸਮੇਂ ਦੇ ਹਾਣੀ ਬਣ ਕੇ ਸੰਸਾਰ ਅੰਦਰ ਸਤਿਕਾਰ ਖੱਟ ਸਕਣ। ਪਰ ਅੱਜ ਉਸ ਦੁਨੀਆ ਦੇ ਉੱਤੇ ਸਰੀਰਕ ਪਿਆਰ ਦਾ ਮੋਹ
ਇੰਨਾ ਉੱਚਾ ਉੱਠ ਗਿਆ ਹੈ ਕਿ ਕਈ ਵਾਰ ਬੱਚਿਆਂ ਨੂੰ ਆਪਣੇ ਮਾਂ ਬਾਪ ਦੀ ਇੱਜ਼ਤ ਵੀ ਨਜ਼ਰ ਨਹੀਂ ਆਉਂਦੇ। ਸਾਨੂੰ ਸਮਝਾਉਣ ਦੀ ਲੋੜ ਹੈ, ਗੁਰਮੁਖ ਪਿਆਰਿਓ ਪਿਆਰ ਤਾਂ ਕੀਤਾ ਉਹਨਾਂ ਨੇ ਵੀ ਜਿਹਨੇ ਆਪੇ ਭਾਵ ਤੋਂ ਉੱਠ ਕੇ ਗੁਰਸਿੱਖੀ ਨੂੰ ਕਮਾਇਆ। ਉਹਨਾਂ ਦਾ ਪਿਆਰ ਕੈਸਾ ਸੀ, ਉਹ ਤੱਤੀ ਤਵੀ ਦੇ ਉੱਤੇ ਬੈਠ ਗਏ, ਉਹਨਾਂ ਦੇ ਪਿਆਰ ਵਿੱਚ ਫਰਕ ਨਹੀਂ ਪਿਆ। ਉਹ ਤੱਤੀ ਤਵੀ ਦੇ ਉੱਤੇ ਆਪਣੇ ਪਰਿਵਾਰ ਵਾਸਤੇ ਨਹੀਂ ਬੈਠੇ, ਆਪਣੇ ਪੁੱਤਰਾਂ ਵਾਸਤੇ ਨਹੀਂ ਬੈਠੇ, ਸੰਸਾਰ ਵਾਸਤੇ ਬੈਠੇ। ਔਰ ਦੇਖੋ ਛੋਟੇ ਛੋਟੇ ਮਾਸੂਮ ਬੱਚੇ, ਆਪਾਂ ਪੜ੍ਹਦੇ ਹਾਂ ਨਾ, ਜਦੋਂ ਕਾਂਡ ਹੋਇਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਨਿਰੰਕਾਰੀ ਕਾਂਡ, ਉਸ ਤੋਂ ਪਹਿਲਾਂ ਨਾਮਧਾਰੀ ਕਾਂਡ, ਨਾਮਧਾਰੀਏ ਕੂਕੇ ਵੀਰ ਉਹ ਜਿਨ੍ਹਾਂ ਨੇ ਅੰਮ੍ਰਿਤਸਰ ਸਾਹਿਬ ਦੀ ਪਵਿੱਤਰਤਾ ਨੂੰ ਬਹਾਲ ਰੱਖਣ ਵਾਸਤੇ ਕਦੇ ਆਪਣੇ ਆਪੇ ਨੂੰ ਤੋਪਾਂ ਦੇ ਅੱਗੇ ਖੜਿਆਂ ਕਰ ਦਿੱਤਾ, ਤੋਪਾਂ ਦੇ ਗੋਲਿਆਂ ਨਾਲ ਉਡਾ ਦਿੱਤੇ, ਪਰ ਆਪਣੇ ਗੁਰ ਅਸਥਾਨਾਂ ਦੀ ਪਵਿੱਤਰਤਾ ਬਹਾਲ ਰੱਖਣ ਵਾਸਤੇ ਪਿਆਰ ਵਿੱਚ ਫਰਕ ਨਹੀਂ ਪੈਣ ਦਿੱਤਾ। ਇਤਿਹਾਸ ਕਹਿੰਦਾ 7-8 ਸਾਲ ਦਾ ਬੱਚਾ ਆ ਕੇ ਤੋਪ ਦੇ ਮੂੰਹ ਦੇ ਅੱਗੇ ਖਲੋ ਗਿਆ, ਕਹਿਣ ਲੱਗਾ ਮੈਨੂੰ ਵੀ ਗੋਲਾ ਮਾਰੋ ਅਤੇ ਉਡਾ ਦਿਓ ਕਿਉਂਕਿ ਮੈਂ ਵੀ ਸਿੱਖ ਹਾਂ। ਪਰ ਤੋਪ ਚਲਾਉਣ ਵਾਲਾ ਕਹਿੰਦਾ ਹੈ ਨਹੀਂ, ਮੈਂ ਤੇਰੇ ਉੱਤੇ ਗੋਲਾ ਨਹੀਂ ਦਾਗ ਸਕਦਾ। ਜੇ ਪੁੱਛਿਆ ਕਾਰਨ ਕੀ, ਕਹਿੰਦੇ ਕਾਰਨ ਇਹ ਕਿ ਮੈਨੂੰ ਹੁਕਮ ਹੈ ਜਿਸ ਦਾ ਮੂੰਹ ਤੋਪ ਦੇ ਮੂੰਹ ਦੇ ਅੱਗੇ ਆਵੇ ਮੈਂ ਉਹਨੂੰ ਅਡਾਉਣਾ ਹੈ। ਤੂੰ ਛੋਟਾ ਹੈ, ਤੇਰਾ ਮੂੰਹ ਤਾਂ ਤੋਪ ਦੇ ਮੂੰਹ ਤੱਕ ਆਉਂਦਾ ਨਹੀਂ, ਮੈਂ ਤੈਨੂੰ ਅਡਾਉਣਾ ਨਹੀਂ। ਕਿਹੋ ਜਿਹਾ ਪਿਆਰ ਸੀ ਗੁਰਸਿੱਖੀ ਦਾ, ਕਿਹੋ ਜਿਹਾ ਪਿਆਰ ਸੀ ਆਪਣੇ ਭਰਾਵਾਂ ਦੇ ਨਾਲ, ਔਰ ਕਿਹੋ ਜਿਹਾ ਪਿਆਰ ਸੀ ਆਪਣੇ ਗੁਰੂ ਅਸਥਾਨਾਂ ਦੀ ਪਵਿੱਤਰਤਾ ਬਹਾਲ ਰੱਖਣ ਵਾਸਤੇ। ਬੱਚਾ ਭੱਜ ਕੇ ਜਾਂਦਾ ਹੈ, ਦੋ ਇੱਟਾਂ ਚੁੱਕ ਕੇ ਲਿਆਉਂਦਾ ਹੈ ਔਰ ਇੱਟਾਂ ਨੂੰ ਅੱਗੇ ਤੋਪ ਦੇ ਰੱਖ ਕੇ ਉਹਨਾਂ ਦੇ ਉੱਤੇ ਖਲੋ ਜਾਂਦਾ ਹੈ, ਕਹਿੰਦਾ ਹੈ ਹੁਣ ਤਾਂ ਤੂੰ ਤੇਰਾ ਹੁਕਮ ਜਿਹੜਾ ਹੈ ਉਹ ਪੂਰਾ ਹੋ ਗਿਆ ਨਾ, ਮੇਰਾ ਮੂੰਹ ਤੋਪ ਦੇ ਮੂੰਹ ਅੱਗੇ ਆ ਰਿਹਾ ਹੈ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ, ਮੈਂ ਗੁਰੂ ਨਾਨਕ ਦੇ ਘਰ ਦਾ ਅਨਿੰਨ ਸਿੱਖ ਹਾਂ, ਮੈਂ ਉਹਨਾਂ ਮਰਜੀਵੜਿਆਂ ਦਾ ਬੱਚਾ ਅਤੇ ਭਰਾ ਹਾਂ ਜਿਨ੍ਹਾਂ ਨੇ ਆਪਣਾ ਆਪਾ ਗੁਰਸਿੱਖੀ ਵਾਸਤੇ ਵਾਰ ਦਿੱਤਾ। ਮੈਨੂੰ ਤੋਪ ਦੇ ਮੂੰਹ ਦੇ ਅੱਗਿਓਂ ਪਾਸੇ ਨਾ ਕਰ, ਗੋਲਾ ਚਲਾ ਅਤੇ ਮੈਨੂੰ ਸ਼ਹੀਦ ਕਰ। ਕੈਸਾ ਪਿਆਰ ਸੀ ਉਹਨਾਂ ਦਾ! ਜਿਹੜੇ ਮੀਰ ਮੰਨੂ ਦੀ ਜੇਲ੍ਹ ਵਿੱਚ ਬੈਠੀਆਂ ਬੀਬੀਆਂ ਸਨ, ਉਹ ਸਵਾ ਸਵਾ ਮਣ ਦਾ ਪੀਸਣਾ ਪੀਸਦੀਆਂ, ਖੰਨੀ ਖੰਨੀ ਰੋਟੀ ਦੇ ਉੱਤੇ ਗੁਜ਼ਾਰਾ ਕਰਦੀਆਂ ਅਤੇ ਜ਼ਬਾਨ ਤੋਂ ਇਹੀ ਬਚਨ ਬੋਲਦੀਆਂ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਇਹਨਾਂ ਬਚਨਾਂ ਨੂੰ ਜਦੋਂ ਮੰਨੂ ਸੁਣਦਾ, ਗੋਦੀ ਦੇ ਵਿੱਚੋਂ ਬੱਚਿਆਂ ਨੂੰ ਕੱਢ ਲੈਂਦਾ, ਅਸਮਾਨ ਵੱਲ ਨੂੰ ਉਛਾਲਦਾ, ਥੱਲੇ ਨੇਜੇ ਰੱਖ ਕੇ ਪਰੋ ਦਿੰਦਾ, ਇੱਥੇ ਹੀ ਬਸ ਨਹੀਂ ਕਰਦਾ, ਉਹਨਾਂ ਦੀਆਂ ਆਂਦਰਾਂ ਨੂੰ ਕੱਢਦਾ, ਉਹਨਾਂ ਆਂਦਰਾਂ ਦੇ ਵਿੱਚ ਉਹਨਾਂ ਬੱਚਿਆਂ ਦੇ ਮਾਸ ਦੇ ਟੁਕੜੇ ਪਾ ਕੇ ਪਰੋ ਦਿੰਦਾ, ਹਾਰ ਬਣਾ ਕੇ ਉਹਨਾਂ ਮਾਤਾਵਾਂ ਦੇ ਗਲ ਵਿੱਚ ਪਾ ਦਿੰਦਾ। ਕਹਿੰਦਾ ਹੁਣ ਦੱਸੋ ਸਿੱਖੀ ਦਾ ਪਿਆਰ ਕਮਾਉਣਾ ਇਹ ਕੋਈ ਸੌਖਾ ਹੈ? ਉਹਨਾਂ ਬੀਬੀਆਂ ਨੇ ਫਿਰ ਵੀ ਆਪਣੀ ਜ਼ਬਾਨ ਤੋਂ ਇਹੀਓ ਕਹਿਣਾ, ਕਹਿਣਾ ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਐਸਾ ਪਿਆਰ ਉਹਨਾਂ ਦੇ ਅੰਦਰ, ਐਸੀ ਉਹਨਾਂ ਦੇ ਅੰਦਰ ਸਿੱਖੀ ਪ੍ਰਤੀ ਖਿੱਚ, ਅੱਜ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਲੋੜ ਹੈ, ਭਲਿਓ ਅਸੀਂ ਉਸ ਗੁਰੂ ਦੇ ਪੁੱਤਰ ਹਾਂ ਜਿਨ੍ਹਾਂ ਨੇ ਸਾਨੂੰ ਸਰੀਰਕ ਪਿਆਰ ਤੋਂ ਉੱਪਰ ਉਠਾ ਕੇ ਆਤਮਕ ਪਿਆਰ ਕਰਨਾ ਸਿਖਾਇਆ ਹੈ, ਆਤਮਾ ਦਾ ਪਿਆਰ, ਹਿਰਦੇ ਦਾ ਪਿਆਰ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਬਚਨ ਕੀਤੇ ਨੇ, ਹਜ਼ੂਰ ਨੇ ਕਿਹਾ ਸਭ ਤੋਂ ਸੌਖਾ ਢੰਗ ਉਸ ਨਿਰੰਕਾਰ ਪ੍ਰਭੂ ਪਰਮਾਤਮਾ ਨੂੰ ਮਿਲਣ ਦਾ ਪਿਆਰ ਹੀ ਹੈ। ਪਰ ਕੀ ਉਹ ਇਹ ਦੁਨਿਆਵੀ ਪਿਆਰ ਹੈ? ਉਹ ਪਿਆਰ ਜਿਨ੍ਹਾਂ ਦੀਆਂ ਅੱਜ ਤਸ਼ਬੀਹਾਂ ਦਿੱਤੀਆਂ ਜਾਂਦੀਆਂ ਹਨ, ਸਕੂਲਾਂ ਦੇ ਵਿੱਚ ਉਹਨਾਂ ਵਾਸਤੇ ਲੈਸਨ ਪੜ੍ਹਾਏ ਜਾਂਦੇ ਹਨ, ਸੋਨੀ ਦੇ ਪਿਆਰ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਹੀਰ ਦੇ ਪਿਆਰ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਸਾਹਿਬਾਂ ਦੇ ਪਿਆਰ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਅੱਜ ਕੋਈ ਇੱਜ਼ਤਦਾਰ ਮਾਂ ਬਾਪ ਨੂੰ ਪੁੱਛ ਕੇ ਦੇਖੋ ਕਿ ਉਹ ਕਹੇਗਾ ਮੇਰੀ ਧੀ ਸੋਹਣੀ ਬਣ ਜਾਵੇ, ਮੇਰੀ ਧੀ ਹੀਰ ਬਣ ਜਾਵੇ, ਜਾਂ ਮੇਰੀ ਧੀ ਇਸ ਸੰਸਾਰ ਦੇ ਅੰਦਰ ਉਹਨਾਂ ਅਖੌਤੀ ਪਿਆਰ ਕਰਨ ਵਾਲਿਆਂ ਵਰਗੀ ਬਣ ਜਾਵੇ? ਨਹੀਂ, ਕੋਈ ਮਾਂ ਬਾਪ ਐਸਾ ਨਹੀਂ ਚਾਹੁੰਦਾ ਕਿ ਸਾਡੀਆਂ ਧੀਆਂ ਐਸੀਆਂ ਬਣਨ। ਫਿਰ ਕਿਉਂ ਅਸੀਂ ਦੁਬਾਰਾ ਉਹਨਾਂ ਦੇ ਪਿਆਰ ਦਾ ਰੌਲਾ ਪਾਉਂਦੇ ਫਿਰਦੇ ਹਾਂ ਔਰ ਫਿਰ ਕਹਿੰਦੇ ਹਾਂ ਸਾਡਾ ਸਮਾਜ ਗੰਦਲਾ ਹੋ ਗਿਆ, ਸਮਾਜ ਦੇ ਅੰਦਰ ਅਸ਼ਲੀਲਤਾ ਵਾਲੀਆਂ ਘਟਨਾ ਘਟਣ ਲੱਗ ਪਈਆਂ? ਗੁਰੂ ਨੇ ਸਾਨੂੰ ਸਮਝਾਇਆ, ਕਹਿਣ ਲੱਗੇ ਪਿਆਰ ਕਰਨਾ ਹੈ ਤਾਂ ਉਹ ਜਿਹੜਾ ਆਪੇ ਭਾਵ ਤੋਂ ਦੂਰ ਵਾਲਾ ਹੋਵੇ, ਜਿਹਦੇ ਵਿੱਚ ਆਪਾ ਭਾਵ ਨਾ ਹੋਵੇ, ਆਪਣੀ ਗਰਜ ਨਾ ਹੋਵੇ, ਆਪਣੀ ਲੋੜ ਨਾ ਹੋਵੇ। ਉਹਨਾਂ ਦਾ ਪਿਆਰ ਕੀ ਸੀ? ਸਿਰਫ ਸਰੀਰ ਦਾ ਪਿਆਰ ਸੀ, ਲੋੜਾਂ ਦਾ ਮੁਹਤਾਜ ਸੀ, ਵਿਕਾਰਾਂ ਦਾ ਅੰਦਰ ਭਾਂਬੜ ਮਚਿਆ ਹੋਇਆ ਸੀ, ਬਸ ਇਹੀ ਪਿਆਰ ਸੀ।
पर गुरु ने सानू ये विकारी प्यार नहीं सिखाया, गुरु ने सानू निरंकारी प्यार सिखाया है। वो निरंकारी प्यार कैसा है? जिदे विच मनुख अपने आपे तो परे हो जाता है, जिथे उदे अंदर मैं मेरी दी भावना नहीं रहिंदी। गुरु गोबिंद सिंह जी ने बचन किए, कहण लगे कहां भयो जो दो लोचन मूंद के बैठ रहे हो, बक ध्यान लगायो, नहात फिरो लिए सात समुंदरन, लोक गयो पर लोक गवायो, बास कियो बिख्याण स्यों बैठ के, ऐसे ही ऐसे सो बैस बितायो, साच कहो सुन लिहो सबै, जिन प्रेम कियो तिन ही प्रभ पायो। महाराज वो केड़ा प्यार जिदे नाल प्रभु परमात्मा नू मिल पईदा है। हजूर कहिंदे प्यार दे अर्थ समझो, प्यार दे अर्थ की ने? प्यार दो शब्दां दा सुमेल है, इन्हां नू संधि छेद करके अर्थ करोगे गल समझ विच आ जाएगी। परे प्लस मैं, जिस व्यक्ति ने अपने आप तो मैं नू दूर कर दिता, जिस व्यक्ति ने अपने आपे भाव नू दूर कर दिता, जिहदे विचों आपे बिरति दूर हो गई, जिहदे विचों मैं मेरी वाली भावना मुक गई, जिहड़ा ये कहिंदा है तू तू करता तू हुआ, मुझ मैं रहा ना हूं, जब आपा परका मिट गया जत देखो तत तू, उहदे अंदर ये निरंकारी प्यार पैदा हुंदा है, जिहड़ा अपने आप तो मैं नू दूर कर देंदा है। तां कि सतगुरु गुरु नानक देव जी ने कहा सी, कहण लगे नानक जे को आपो जाणे अगे गया ना सो है। जिन्हें अपने आप नू ही अगे रखिया होया है, जिहड़ा कहिंदा जो मैं करदा हाँ, जिहो जिहा मैं प्यार करदा हाँ, इहो जिहा तां दुनिया दे उत्ते प्यार ही हो कोई नहीं करदा। गल्लें बाती तां असमान ग्राउण वालियां गल्लां कि तेरे तो बिना मैं जिउंदा नहीं रह सकदा, तेरे तो बिना मैनू कुछ चंगा नहीं लगता, तेरे तो बिना तो संसार दे उत्ते सवास लैने बड़े औखे। ये संसारी गल्लां ने साध संगत जी, ये सिर्फ ते सिर्फ अपने शरीर दीआं लोड़ां ने, ये विकारी बिरती है। जिदे अंदर गुरु प्रति परमात्मा प्रति प्यार उछाले मारदा है, वह संसार की भलाई वाले पासे नू तुरदा है। वह कहिंदा है दुनिया दे लोको आओ, आपे भाव तो उपर उठीए ते संसार का कुछ भला करिए, दुनिया दे लोकां नू कोई चंगी अगवाई देिए, अपने आप नू सवारीए। हजूर ने कहा सतगुरु गुरु नानक देव जी ने, जिदे उत्ते ओ त्रुटदा है, जिदे उत्ते ओ मेहरबान हुंदा है, जिदे उत्ते ओ अपनी कृपा नाजल करदा है। हजूर कहिंदे जिन को भांडे भाओ, उन्हां दे हिरदे रूपी भांडे दे विच अपना प्यार टका देंदा है, क्योंकि वह निरंकार प्रभु परमात्मा चीज़ां वस्तुआं दा भुखा नहीं, वह कादा भुखा है। सतगुरु गुरु ग्रंथ साहिब जी नूं पुछिए, भाई गुरदास नूं कहिए महाराज तुसी दसो गुरु के प्यार वाले गुरसिखो तुसी कमाया है उस प्यार नूं, तां ओह कहिंदे गोबिंद भाओ भगत का भुखा। वह प्यार दा भुखा जे, वह भगती दा भुखा जे, वह मिठ बोलड़ा ते मिठे बोलां दा भुखा जे, क्योंकि ना वह आप कौड़ा बोल बोलना जानदा ते ना ही वह किसी नूं कोड़े बोल बोलने सिखाउंदा है। बस उहदे घर दी इहो खेड है, जिहड़ा उहदे नाल जुड़ जांदा है उहनूं उह अपने वर्गा मिठ बोलड़ा बना देंदा है, उहदे अंदर उह इहो जिहा प्यार पा देंदा है जिहड़ा आपे भाव तों मनुख नूं उपर उठा देंदा है। फिर उहदे अंदर ये अवस्था पैदा हुंदी है कि अंदरों कहिंदा है ना को बैरी ना ही बेगाना, सगल संग हमको बण आई। बेगाना ते कोई तां होवे जे अंदर ऊंच नीच वाली अवस्था बनी होवे, अंदर टोए टिब्बे खड़े होण। जिस व्यक्ति ने गुरु दे प्यार दा अधिकारी बन के अपने आपे नूं सवार लिया, तिना सवार सी, हजूर कहिंदे फिर उहनां दे अंदर ये प्यार दी जाग लगदी है। फिर उह संसार दे लोकां नूं वी इहो जिहा प्यार करना सिखाउंदे ने, उह कहिंदे ने उठो अपने आपे तों उपर, दुनिया दे अंदर कुछ इहो जिहा कर गुजरो कि दुनिया दे लोक तुहाडे जीवन तों अगवाई लैण। जिन्हां ने सच प्यार नूं माणिया, अज वी असीं उहनां दे दिन मनाउंदे हाँ, उन्हां नूं याद करदे हाँ, जिन्हां दे अंदर गुरु प्रति प्यार सी, उन्हां ने अपने शरीरां दी परवाह नहीं कीती, उन्हां ने अपनियां जिंदगियां दी परवाह नहीं कीती। उह कहिंदे सन जीवन वार वार नहीं मिलना, पर गुरु दे घर दा प्यार ये बड़ी मुश्किल नाल मिलता है, गुरु दे घर दी सिखी ये बड़े किसे नसीबां वाले नूं प्राप्त हुंदी है। इस प्यार नूं कमा के जावांगे ते कलगियां वाली दी गोदी प्राप्त होएगी, इस प्यार नूं माण के जावांगे तां सतगुरु सानू अपनी गलवक्कड़ी विच लैणगे, कहणगे तेरी इस संसार दे उत्ते आउणा सफल हो गया, तेरी यात्रा सफल हो गई,
तू इस संसार के अंदर आ के जिस मकसद वास्ते आया सी उहदे विच सफलता प्राप्त कर ले। महाराज नूं पुछिए, हजूर जी तुसी कृपा करो इस प्यार नूं किवें सिखिया जा सकता है। सतगुरु कहिंदे अपने इतिहास वल झाती मारो, जिन्हां गुरमुख प्यारियां ने इस प्यार नूं माणिया उन्हां ने इस प्यार की प्राप्ति वास्ते अपने आपे तो उपर उठ के गुरु के बचना के उत्ते पहरा दिता। हरेक गुरु के बचन नूं सत सत करके मनिया और गुरबाणी आशे अनुसार अपना जीवन जीविया। गुरु ने कहा सी, सो सिख सखा बंदप है भाई, जे गुर के भाणे विच आवै अपने भाणे जो चले भाई, विछड़ चोटा खावै। जे गुरु दे भाणे विच चलेगा, गुरु दे हुकम विच चलेगा, गुरु तैनूं इहो जिहा प्यार सिखावेगा कि तैनूं अपने माण मत्ते इतिहास दे उत्ते माण होवेगा। संसारी प्यार वल्लों मूँह फेर के तू कहेगा मैं प्यार करना है निरंकार नाल, मैं प्यार करना है उहदी बनाई हुई कुदरत दे नाल, मैं प्यार करना है उसकी बनाई हुई मनुखता दे नाल। पर यह प्यार की जाग तां अंदर लगेगी जदों मनुख दे अंदर एक ओंकार का प्यार जागेगा, जदों इहदे अंदर जपजी वास्ते प्यार जागेगा, जदों इहदे अंदर श्री सुखमनी साहब जी का प्यार जागेगा, जदों ये अमृत वेले उठ के नितनेम दियां बाणियां पढ़ेगा, जदों सौण वरतों पहला ये सतगुरु जी दे अगे अरदास करेगा कि महाराज जी करो बेनंती, सुनो मेरे मीता, संत टहल की बेला, ईहा खाट चलो हर लाहा आगे बसन सुहेला। उन्हां दा अगे जाके बसना सुहेला होवेगा जिहड़े इस प्यार नूं प्राप्त करनगे। सतगुरु जी ने समझाया, कहण लगे सिखा प्यार प्यार कहना है पर प्यार नूं कमाउणा बड़ा औखा, जिन्हां ने इस प्यार नूं कमाया उन्हां नूं अपना बंद बंद कटवाउणा पिया, जिन्हां ने इस प्यार नूं निभाया उन्हां नूं अपने सीस उत्ते आरा चलवाउणा पिया, जिन्हां ने इस प्यार नूं कमाया उन्हां नूं नीहां विच खलोणा पिया। उन्हां ने अपनी जाना की परवाह नहीं की। आ पिछे जदों 1984 दे विच धर्म युद्ध मोर्चा लगा मंजी साहब हाल विखे, संत जरनैल सिंह जी हुणा ने बहुत सोहणे बचन बोले ते उत्थे एक गुरसिख ने उठ के एक कविता पढ़ी सी। उह कहिंदे सिखा प्यार होना चाहीदा है तेरे अंदर इहो जिहा कि सिखा अज तेरी सिखी ते हल्ले हो रहे ने, बाणी दे प्रेमी सिंघां नूं फड़ फड़ के कसाई को रहे ने, हीरियो कुछ सोच विचार करो ना सुतियां समा गुजार दियो, अज पंथ बड़ा कर जाइए सिर दे के करज उतार दियो। ऐसे बचन सन जिहड़े अंदर जाग लगाउंदे सन, जिहड़े अंदर अणख जगाउंदे सन, जे पंथ दा भला करना है परिवार दे मोह तों उपर उठना पवेगा, शरीर दे मोह तों उपर उठना पवेगा। यह नहीं कि पंथ भावें जिधर मर्जी जावे मेरा परिवार सुखी होके वसे, नहीं। हजूर ने कहा गुरु गोबिंद सिंह जी महाराज जी ने, पंथ वसे मैं उजड़ा मन चाओ कनेरा। एसी प्यार अपने पंथ वास्ते, एसी प्यार अपनी कौम वास्ते, ओहो जिहा प्यार सानू अज फिर पैदा करन दी लोड़ है। असी पंथ दर्दी होके जीवीए, किहड़े किहड़े पासे तो सानू खोरा लग रहा है, किहड़े किहड़े तो पासे पंथ दोखी सानू मुश्किलां विच पा रहे ने। इस नूं समझण दे लई इको एक साधन है, वह है गुरबाणी, वह है गुरु ग्रंथ साहब जी महाराज जी का उपदेश। अज सानू गुरु ग्रंथ साहब के लड़ लगन की लोड़ है। बहुत सारे ऐसे संसारी गुरु बन के बैठ गए जिन्हां ने सानू अपने नाल जोड़न का यतन किया है, पर जिहदा प्यार गुरु की बाणी नाल पै गया, बाणी नाल बज्जा जिहदा तन मन ऐसा सिख, बाणी छड होर किते झुक नहीं सकता, वह बाणी तो बिना रह नहीं सकता। किसी विद्वान ने क्या कहिंदा, जल बिन मछली रह सकती है, सिख गुरु बिना रह नहीं सकता। एहो जिहा जीवन कि पानी तो बिना मच्छी तो भावे अपना जीवन बसर कर लवे, पर सिखा तेरा प्यार एहो जिहा बाणी दे नाल कि अमृत वेले नितनेम ना कीता ते सारा दिन तेनू भुख ना लगे। वाहिगुरु कृपा करे एहो जे अंदर दी हालत बने कि बाणी तो बिना साडा जीवन चल ही ना सके। असी कहीए सतगुरु ये जिहड़ी तू दात सानू दित्ती है अमृत रूपी नाम दी, इह ना कदे साडे तो दूर होवे। हजूर ने कहा हिरदे दे अंदर जे निरंकार दे नाम दा प्यार जाग पिया फिर तू अपने आप नू सवार सकदा हां। भगत फरीद जी नू किसे ने पुछया, कहण लगे फरीद जी एक गल समझाओ, सारे कहिंदे ने भी असी संसार दे उत्ते रब नू मिलन वास्ते आए हाँ,
खुदा परमात्मा दे नाल अपनी सांझ बनाउण वास्ते आए हाँ, उस परमात्मा नाल किवें मिलिया जावे। उन्हां दा एक श्लोक है, धन श्री गुरु ग्रंथ साहिब जी महाराज जी दे अंदर, वो कहिंदे ने जेकर सचमुच निरंकार नूं मिलना चाहुंदे जे तां सब तो सौखा ढंग है कि अपने आपे नूं सवार लो, अपने आपे नूं चंगा बना लो। अपने आपे नूं सवारना किवें है? अपने अंदरों बुरियाइयां नूं खत्म करना, अपने अंदरों घाटां नूं दूर करना, अपने अंदर जिहड़ी ऊच नीच बनी हुई है, वर्ण वंड जाति भेदभाव बनिया होया है, इस नूं दूर करना। जिहड़ी कूड़ की कंध साढ़े ते परमात्मा दे विच खलोती हुई है, उहनूं निरंकार की बाणी द्वारा ढा देना, असल विच इह है अपने आपे नूं सवारना। गुरु नानक ने कहा सी, सचार पद का अधिकारी उही होवेगा जिहड़ा हुक्म अनुसार अपना जीवन जीना सिख जाएगा। भगत फरीद जी कहिंदे, भलिया जे निरंकार नूं मिलना चाहुंदा है तां फिर इंज कर, अपने आपे नूं सवार ला। महाराज जी किवें सवारीए? गुरु ग्रंथ साहिब जी तुसीं सानूं उपदेश दिओ। ते ओ भगत फरीद दे बोलां विचों बोलदे कहिंदे, फरीदा जे तू सचमुच निरंकार प्रभु परमात्मा नूं मिलना चाहुंदा है, आप सवारा है, मैं मिला है, मैं मिलिया सुख होए। कहिंदे मैं दुनिया दीआं गल्लां नहीं जे दसदा। भगत फरीद जी कहिंदे, मैनूं खुद परमात्मा खुदा ने कहा जे तू मैनूं मिलना चाहुंदा है फरीदा, अपने आपे नूं सवार ला, अपने आपे नूं चंगा बना लै, अपने अंदर चंगियाइयां पा लै, अपने अंदर अछाइयां बना लै, अपने अंदर गुण कट्ठे कर लै, क्योंकि गुणा वाले व्यक्ति नूं ही निरंकार दे घर विच ढोई मिलदी है। वो कहण लगे, आप सवारे मैं मिला, मैं मिलिया सुख होए, फरीदा जे तू मेरा होए रहें सब जग तेरा होए। जिहड़ा उहदा हो गया दुनिया सारी उहदी हो जाती है, जिहड़े उहदे बन जाते ने उहनां दा उह बन जाता है, ते जिन्हां दा उह बन जाता भला उहनां नूं संसार दे अंदर कादी कोई कमी ते कादी कोई घाट। हजूर कहिंदे, जिन्हां दे अंदर उहने प्यार पा दिता, नाम पा दिता, उहनां नूं उहने सवार लिया, उहनां दा भांडा सवारिया गया, उहनां दा भांडा चंगा सोहणा बना दिता, उस सोहणे भांडे दे अंदर उहने अपने नाम नूं टिकाया ते सोहणे भांडे नूं अपना स्वरूप बना लिया। हजूर कहिंदे, सुखी करै पसाओ दुख विसार सी, जिहड़े उहदे हो गए जिन्हां ने अपने आप नूं चंगा बना लिया, हजूर कहिंदे उहनां दे उत्ते सुखां दी रहमत वरतदी है, उहनां दे जीवन दे अंदर सुख वध जांदे ने, उहनां दे जीवन दे अंदर खुशियां आ जांदियां ने। ते हजूर कहिंदे, दुख विसार सी, दुखां दे नालों उहनां दा नाता टुट जांदा, दुख उहनां दे जीवन दे विच्चों निकल जांदे, सहसा मूले नाहे सर पर तार सी, जिहड़े उहदे बण गए फिर सहसा नहीं, शक नहीं कि वह संसार सागर तो तर नहीं सकनगे, क्योंकि जिन्होंने उन्हें अपने बना लिया उन्होंने तो दुनिया की कोई ताकत रोड़ा अटका ही नहीं सकती। उन्होंने जीवन के अंदर उन्होंने वो अपने आपे नाल मिला लैंदा है, अपना स्वरूप बना लैंदा है। प्रभु की शरण सगल भै लाथे, दुख बिन से सुख पाया, दयाल हुआ पार ब्रह्म स्वामी पूरा सतगुर ध्याया। वो प्रभु परमात्मा दया दे घर विच आया, उन्हें साडा भांडा सवारिया, अपने नाम नूं टिकाया, ते उहदी बख्शिश यह होई कि सुख प्राप्त हो गए ते दुखां नालों खहिड़ा छुट गया। पूरा सतगुरु ध्याया, प्रभ जीओ तू मेरो साहिब दाता, कर कृपा प्रभ दीन दयाला, गुण गावो रंग राता, सतगुर नाम निधान दृढ़ाया, चिंता सगल बिलासी, कोई शक ही नहीं रहिंदा, चिंतावां सारियां मुक जांदियां। प्रभ की शरण सगल भै लाथे, दुख बिन से सुख पाया, दयाल हुआ पर ब्रह्म स्वामी पूरा सतगुर ध्याया। प्रभ जियो तू मेरो साहिब दाता, कर कृपा प्रभ दीन दयाला, गुण गावो रंग राता रहाओ, सतगुर नाम निधान दृढ़ाया, चिंता सगल बिनासी, कर कृपा अपनो कर लीना, मन वसिया अबनासी, ता को बिगड़ ना को लागे, जो सतगुर अपने राखे। सतगुरु कहिंदे जिन्हां नूं उह अपने बना लैंदा है उहनां नूं हर थां दे उत्ते रखदा है, जीवन दे अंदर आउण दिंदा है कोई बिघन, कोई मुसीबत, कोई कठिनाई, औंकड़ आउण ही नहीं दिंदा। कहिंदा उहनां दी हर थां दे उत्ते पैज उह आप रखदा है, पर पैज उहनां दी रखदा जिहड़े उहदे बण जांदे, जिहड़े उहदे सेवक बण जांदे, जिहड़े उहदे जन बण जांदे, जिहड़े उहदे प्यार विच अपने आपे नूं निशावर कर दिंदे। हजूर कहिंदे फिर शक नहीं, कर सेवा सेवक प्रभ अपने, जिन मन की इच्छ पुजाई, नानक दास तां कै बलहारे, जिन पूर्ण पैज रखाई। उन्हां दी हर थां दे उत्ते पैज रखदा है, उन्हां दी इज्जत दा वो आप रखवाला बन जांदा है,
ਉਹਨਾਂ ਨੂੰ ਇਸ ਸੰਸਾਰ ਤੋਂ ਉਹ ਆਪ ਉਭਾਰ ਲੈਂਦਾ ਹੈ, ਉਹ ਆਪ ਤਾਰ ਲੈਂਦਾ ਹੈ। ਤਿੰਨਾਂ ਮਿਲਿਆ ਗੁਰ ਆਏ ਜਿਨ ਕੋ ਲਿਖਿਆ। ਹਜ਼ੂਰ ਕਹਿੰਦੇ ਇਹ ਗੁਰੂ ਮਿਲਣਾ ਕਿਹੜਾ ਸੌਖੀ ਗੱਲ ਹੈ। ਵੈਸੇ ਤਾਂ ਸੰਸਾਰ ਦੇ ਅੰਦਰ ਗੁਰੂਆਂ ਦੀ ਮੰਡੀ ਲੱਗੀ ਹੋਈ ਹੈ। ਹਰ ਕੋਈ ਕਹਿੰਦਾ ਮੇਰੇ ਕੋਲ ਆਓ, ਮੈਂ ਤੁਹਾਡੀਆਂ ਲੋੜਾਂ ਪੂਰੀਆਂ ਕਰਾਂਗਾ, ਮੇਰੇ ਕੋਲ ਆ ਕੇ ਤੁਹਾਨੂੰ ਸ਼ਾਂਤੀ ਮਿਲੇਗੀ, ਮੇਰੇ ਕੋਲੋਂ ਆ ਕੇ ਤੁਹਾਨੂੰ ਹਰ ਇੱਕ ਸੰਸਾਰ ਦਾ ਸੁੱਖ ਅਤੇ ਆਰਾਮ ਮਿਲੇਗਾ। ਜਿਨ੍ਹਾਂ ਦੇ ਕੋਲ ਨਿਰੰਕਾਰ ਦੇ ਨਾਮ ਦੀ ਕਣੀ ਹੁੰਦੀ ਹੈ, ਉਹ ਢੰਡੋਰੇ ਨਹੀਂ ਪਿੱਟਦੇ ਫਿਰਦੇ, ਉਹ ਲੋਕਾਂ ਨੂੰ ਹੁਕਾਂ ਦੇ ਕੇ ਆਵਾਜ਼ਾਂ ਦੇ ਕੇ ਨਹੀਂ ਬੁਲਾਉਂਦੇ ਸਾਡੇ ਕੋਲ ਆਓ। ਆ ਸੰਸਾਰ ਦੀਆਂ ਉਦਾਹਰਨਾਂ ਨੇ, ਫੁੱਲ ਦੇ ਕੋਲ ਖੁਸ਼ਬੋ ਹੈ, ਕੋਈ ਆਵਾਜ਼ਾਂ ਦਿੰਦਾ ਕਿ ਮੇਰੇ ਕੋਲ ਆਓ ਮੈਂ ਤੁਹਾਨੂੰ ਖੁਸ਼ਬੋ ਦੇਵਾਂਗਾ, ਮੈਂ ਤੁਹਾਨੂੰ ਸੁਗੰਧੀ ਦੇਵਾਂਗਾ, ਚੰਗੀ ਵਾਸ਼ਨਾ ਦੇਵਾਂਗਾ। ਨਹੀਂ, ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਉਹਦੀ ਖੁਸ਼ਬੋ ਆਪ ਵਿਅਕਤੀ ਨੂੰ ਖਿੱਚ ਕੇ ਉਹਦੇ ਕੋਲ ਲੈ ਜਾਂਦੀ ਹੈ। ਪੂਰੇ ਗੁਰੂ ਨੂੰ ਆਵਾਜ਼ਾਂ ਦੇਣ ਦੀ ਲੋੜ ਨਹੀਂ ਪੈਂਦੀ, ਆਵਾਜ਼ਾਂ ਦਿੱਤੀਆਂ ਬਾਬੇ ਬਕਾਲੇ ਦੀ ਧਰਤੀ ਦੇ ਉੱਤੇ ਬਾਹੀਆਂ ਨੇ, ਕਹਿੰਦੇ ਸਾਡੇ ਕੋਲ ਆਓ, ਸਾਡੇ ਕੋਲ ਆਓ, ਸਾਡੇ ਵਾਲਾ ਗੁਰੂ ਪੂਰਾ ਗੁਰੂ ਜੇ ਇਹ ਅੰਦਰ ਦੀਆਂ ਜਾਣਦਾ ਜੇ ਸਾਰੀਆਂ ਲੋੜਾਂ ਥੋੜ੍ਹਾ ਪੂਰੀਆਂ ਕਰ ਦੇਵੇਗਾ। ਪਰ ਜਿਹੜਾ ਸੱਚਾ ਗੁਰੂ ਸੀ ਉਹ ਤਾਂ ਬੈਠਾ ਸੀ ਭੋਰੇ ਵਿੱਚ, ਉਹਨੇ ਤਾਂ ਕਿਸੇ ਨੂੰ ਕਿਹਾ ਹੀ ਨਹੀਂ ਮੇਰੇ ਕੋਲ ਆਓ, ਉਹ ਤਾਂ ਬੈਠਾ ਸੀ ਇਕਾਂਤ ਵਿੱਚ। ਕਿਉਂਕਿ ਨਿਰੰਕਾਰ ਨੇ ਜਿਹਦੇ ਅੰਦਰ ਆਪਣੀ ਬਖਸ਼ਿਸ਼ ਪਾਈ ਹੋਈ ਹੈ, ਉਹਨੇ ਸਮਾਂ ਰੱਖਿਆ ਉਸ ਬਖਸ਼ਿਸ਼ ਨੂੰ ਪ੍ਰਗਟ ਕਰਨ ਦਾ, ਔਰ ਉਹਨੇ ਕਿਸੇ ਨਾ ਕਿਸੇ ਹੀਲੇ ਵਸੀਲੇ ਆਪੇ ਉਸ ਬਖਸ਼ਿਸ਼ ਨੂੰ ਪ੍ਰਗਟ ਕਰ ਦੇਣਾ ਹੈ। ਲੋਕਾਂ ਨੇ ਰੌਲਾ ਪਾਇਆ, ਬਹੁਤ ਸਾਰੇ ਲੋਕਾਂ ਦੀ ਥੋੜ੍ਹੇ ਦਿਨ ਦੁਕਾਨਦਾਰੀ ਚੱਲਦੀ ਵੀ ਰਹੀ, ਅੱਜ ਵੀ ਚੱਲ ਰਹੀ ਹੈ। ਉਹ ਲੋਕ ਜਿਹੜੇ ਇਹ ਸਿਰਫ ਭਰਮ ਦੇ ਵਿੱਚ ਹਨ ਕਿ ਸ਼ਾਇਦ ਅਸੀਂ ਲੋਕਾਂ ਨੂੰ ਆਪਣੇ ਭਰਮ ਜਾਲ ਵਿੱਚ ਉਲਝਾ ਲਿਆ, ਪਖੰਡ ਦਾ ਬੋਲਬਾਲਾ ਹੋ ਗਿਆ ਔਰ ਸਾਡੇ ਬੋਲਾਂ ਦੇ ਲੋਕ ਕਾਇਲ ਹੋ ਗਏ ਔਰ ਸਾਡੇ ਸ਼ਿਸ਼ ਬਣ ਗਏ, ਸਾਡੇ ਚੇਲੇ ਬਣ ਗਏ। ਹਾਂ, ਕੁਝ ਸਮੇਂ ਵਾਸਤੇ ਉਹਨਾਂ ਦੀ ਦੁਕਾਨਦਾਰੀ ਚੱਲਦੀ ਹੈ, ਦੁਨਿਆਵੀ ਧਨ ਤਾਂ ਉਹ ਲੋਕਾਂ ਨੂੰ ਭਰਮ ਜਾਲ ਵਿੱਚ ਪਾ ਕੇ ਇਕੱਠਾ ਕਰ ਸਕਦੇ ਨੇ, ਪਰ ਧਰਮ ਦਾ ਚੋਗਾ ਪਾ ਕੇ ਵੀ ਧਰਮ ਦੇ ਅਧਿਕਾਰੀ ਨਹੀਂ ਬਣ ਸਕਦੇ। ਜਿਨ੍ਹਾਂ ਦੇ ਅੰਦਰ ਧਰਮ ਨਹੀਂ, ਉਹਨਾਂ ਦੇ ਬੋਲਾਂ ਵਿੱਚੋਂ ਸੰਸਾਰ ਦੇ ਲੋਕਾਂ ਨੂੰ ਕੁਝ ਫਾਇਦਾ ਹੋਣ ਵਾਲਾ ਨਹੀਂ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਗੁਰਸਿੱਖ ਆਏ, ਕਹਿਣ ਲੱਗੇ ਸਤਿਗੁਰੂ ਆਮ ਲੋਕ ਵੀ ਤੁਹਾਡੀ ਬੜੀ ਬਾਣੀ ਬਾਉਂਦੇ ਨੇ, ਤੁਹਾਡੇ ਬੜਾ ਸ਼ਬਦ ਦਾ ਪ੍ਰਚਾਰ ਕਰਦੇ ਨੇ, ਉਹਨਾਂ ਦਾ ਅਸਰ ਕਿਉਂ ਨਹੀਂ ਹੁੰਦਾ? ਪਰ ਤੁਹਾਡੇ ਆ ਦੋ ਗੁਰਸਿੱਖ ਭਾਈ ਗੁਰਦਾਸ ਜੀ, ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ, ਜਿਹੜਾ ਬਚਨ ਕਹਿੰਦੇ ਨੇ ਉਹਦਾ ਹੀ ਜੀਵਨ ਦੇ ਉੱਤੇ ਅਸਰ ਹੋ ਜਾਂਦਾ ਹੈ, ਉਹੀ ਤੁਹਾਡੀ ਚਰਨ ਸ਼ਰਨ ਵਿੱਚ ਆ ਜਾਂਦਾ ਹੈ, ਉਹੀ ਤੁਹਾਡਾ ਬਣ ਕੇ ਰਹਿ ਜਾਂਦਾ ਹੈ। ਫਰਕ ਕੀ ਹੈ? ਬੋਲਦੇ ਉਹ ਵੀ ਬਾਣੀ ਨੇ, ਬੋਲਦੇ ਇਹ ਵੀ ਬਾਣੀ ਨੇ। ਤਾਂ ਉਸ ਵੇਲੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ, ਗੁਰਸਿੱਖੋ ਇਸ ਸੰਸਾਰ ਦੇ ਅੰਦਰ ਇੱਕ ਗੱਲ ਨੂੰ ਸਮਝ ਲਓ। ਕਹਿਣ ਲੱਗੇ ਇਸ ਸੰਸਾਰ ਦੇ ਅੰਦਰ ਬੋਲ ਬੋਲ ਦੇ ਵਿੱਚ ਫਰਕ ਨਹੀਂ ਹੈ, ਬੋਲ ਤਾਂ ਉਹੀ ਹੋਈ ਨੇ, 35 ਅੱਖਰੀ ਹੋਈ ਹੈ ਜਿਹਨੂੰ ਸਾਰੇ ਪੜ੍ਹੀ ਸੁਣੀ ਜਾ ਰਹੇ ਹਾਂ, ਪਰ ਕਹਿੰਦੇ ਬੋਲ ਬੋਲ ਵਿੱਚ ਫਰਕ ਨਹੀਂ। ਮਹਾਰਾਜ ਕਾਹਦੇ ਵਿੱਚ ਫਰਕ? ਤੇ ਕਹਿਣ ਲੱਗੇ ਜੀਵਨ ਜੀਵਨ ਵਿੱਚ ਫਰਕ ਹੈ। ਜਿਹਨੇ ਆਪਣੇ ਜੀਵਨ ਨੂੰ ਕਮਾ ਲਿਆ, ਜਿਹਦੇ ਜੀਵਨ ਦੇ ਉੱਤੇ ਨਾਮ ਦਾ ਰੰਗ ਚੜ੍ਹ ਗਿਆ, ਜਿਹਦੇ ਅੰਦਰ ਸੱਚਮੁੱਚ ਗੁਰੂ ਪ੍ਰਤੀ ਪਿਆਰ ਹੋ ਗਿਆ, ਕਹਿਣ ਲੱਗੇ ਉਹਦੇ ਬੋਲਾਂ ਦਾ ਅਸਰ ਹੁੰਦਾ ਹੈ ਸੰਸਾਰ ਦੇ ਉੱਤੇ। ਅੱਜ ਉਹ ਪਖੰਡੀ ਲੋਕ ਜਿਹੜੇ ਸਿਰਫ ਬੋਲਾਂ ਵਿੱਚ ਉਲਝਾਉਣ ਦਾ ਯਤਨ ਕਰਦੇ ਨੇ, ਉਹਨਾਂ ਨੂੰ ਸੰਸਾਰ ਦੇ ਲੋਕਾਂ ਨੂੰ ਭਰਮ ਜਾਲ ਵਿੱਚ ਪਾਉਣ ਤੋਂ ਇਲਾਵਾ ਉਹਨਾਂ ਕੋਲ ਹੋਰ ਕੁਛ ਨਹੀਂ, ਪ੍ਰਾਪਤੀ ਕੁਛ ਨਹੀਂ ਹੈ। ਸਿਰਫ ਤੇ ਸਿਰਫ ਸਿੱਖ ਧਰਮ ਦੇ ਅੰਦਰ ਹੀ ਨਹੀਂ, ਮੈਂ ਸਮਝਦਾ ਸੰਸਾਰ ਦੇ ਹਰ ਇੱਕ ਆਸਤਿਕਤਾ ਵਾਲੇ ਧਰਮ ਦੇ ਵਿੱਚ ਇਹ ਖੜੋਤ ਆ ਗਈ ਹੈ ਕਿ ਧਾਰਮਿਕ ਲੋਕ ਆਪਣੇ ਆਚਰਣ ਤੋਂ ਡਿੱਗ ਪਏ ਨੇ, ਜਿਹੜਾ ਉਹਨਾਂ ਦਾ ਅਸਲੀ ਮਕਸਦ ਸੀ ਉਸ ਤੋਂ ਥਿੜਕ ਗਏ ਨੇ। ਇਸੇ ਕਰਕੇ ਸੰਸਾਰ ਦੇ ਅੰਦਰ ਇਹੋ ਜਿਹੀਆਂ ਘਟਨਾਵਾਂ ਘਟਦੀਆਂ ਕਿ ਲੋਕਾਂ ਦਾ ਧਰਮ ਦੇ ਉੱਤੋਂ ਵੀ ਵਿਸ਼ਵਾਸ ਉੱਠਦਾ ਜਾਂਦਾ ਹੈ। ਉਹ ਕਹਿੰਦੇ ਕੀ ਕਰਨਾ ਇਹੋ ਜਿਹੇ ਧਰਮ ਨੂੰ, ਜਿਸ ਧਰਮ ਦੇ ਅਨੁਯਾਈ ਇਹੋ ਜਿਹੇ ਨੇ, ਜਿਸ ਧਰਮ ਦਾ ਉਪਦੇਸ਼ ਕਰਨ ਵਾਲੇ ਇਹੋ ਜਿਹੇ ਨੇ। ਘਟਨਾਵਾਂ ਵੱਲ ਵੇਖ ਕੇ ਲੋਕ ਰੱਬ ਤੋਂ ਆਕੀ ਹੋ ਜਾਂਦੇ ਨੇ। ਉਹ ਕਹਿੰਦੇ ਨੇ ਕਿ ਉਸ ਖੁਦਾ ਨੂੰ ਅਸੀਂ ਪੂਜ ਕੇ ਕੀ ਕਰਨਾ, ਜਿਸ ਖੁਦਾ ਦੇ ਬੰਦੇ ਇਹੋ ਜਿਹੇ, ਉਹਨਾਂ ਦੇ ਅੰਦਰੋਂ ਵਚਨ ਨਿਕਲਦੇ ਨੇ। ਉਹ ਕਹਿੰਦੇ ਨੇ ਇਹ ਦੁਨੀਆ ਦਿਓ ਲੋਕੋ, ਤੁਸੀਂ ਐਸੋ ਜਿਹੇ ਧਰਮ ਦੀ ਪਗਡੰਡੀ ਦੇ ਉੱਤੇ ਨਾ ਤੁਰਿਓ ਜੋ ਜਿਹੜੇ ਧਰਮ ਦੇ ਅਧਿਕਾਰੀ ਚੋਗਾ ਪਾ ਕੇ ਵਿਚਰਦੇ ਕਿਸੇ ਹੋਰ ਤਰੀਕੇ ਦੇ ਨਾਲ ਨੇ, ਪਰ ਅੰਦਰ ਵਿਕਾਰਾਂ ਦੀ ਪੰਡ ਬੰਨੀ ਬੈਠੇ ਨੇ। ਕਿਸੇ ਵਿਦਵਾਨ ਨੇ ਬੜੇ ਸੋਹਣੇ ਸ਼ਬਦ ਕਹੇ, ਸਿਰਫ ਉਹਨਾਂ ਦੇ ਧਰਮਾਂ ਦੀ ਗੱਲ ਨਹੀਂ, ਸਾਡੇ ਧਰਮਾਂ ਦੇ ਅੰਦਰ ਵੀ ਅਸੀਂ ਬਹੁਤ ਸਾਰੇ ਇਹੋ ਜਿਹੇ ਲੋਕ ਵੇਖਦੇ ਹਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਤਾਂ ਇੱਕ ਮਾਡਲ ਬਣਾ ਕੇ ਰੱਖ ਲੈਂਦੇ ਨੇ, ਸਿਰਫ ਆਪਣੀਆਂ ਲੋੜਾਂ ਵਾਸਤੇ ਵਰਤਦੇ ਨੇ, ਗੱਲਾਂ ਆਪਣੀਆਂ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਹੁੰਦੀ ਹੈ, ਜੈ ਜੈਕਾਰ ਉਹਨਾਂ ਲੋਕਾਂ ਦੀ ਹੋ ਰਹੀ ਹੁੰਦੀ ਹੈ। ਮਹਾਂਪੁਰਖ ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ, ਉਹ ਕਹਿੰਦੇ ਆਪਣੇ ਜੀਵਨ ਦੇ ਵਿੱਚ ਆਪਾਂ ਅੱਜ ਦੇਖਦੇ ਹਾਂ ਬਹੁਤ ਬਾਬਿਆਂ ਦੀ ਜੈ ਜੈਕਾਰ ਹੋ ਰਹੀ ਹੈ ਸੰਸਾਰ ਦੇ ਅੰਦਰ। ਇੱਕ ਵਾਰ ਦੀਵਾਨ ਲੱਗਾ ਹੋਇਆ ਸੀ,
ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਸੰਗਤ ਵਿੱਚ ਨੀਵੀਂ ਥਾਂ ਦੇ ਉੱਤੇ ਬੈਠਦੇ ਸਨ, ਜਿਨ੍ਹਾਂ ਨੇ ਉਹਨਾਂ ਦੇ ਜੀਵਨ ਇਤਿਹਾਸ ਨੂੰ ਪੜ੍ਹਿਆ। ਕੋਈ ਸਿੱਖ ਉੱਠਿਆ, ਉਹਨੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦਿਆਂ ਕਰਦਿਆਂ ਬਾਬਾ ਆਨੰਦ ਸਿੰਘ ਜੀ ਦੀਆਂ ਬੜੀਆਂ ਸਿਫਤਾਂ ਕੀਤੀਆਂ, ਬੜੀ ਵਡਿਆਈ ਕੀਤੀ। ਔਰ ਜਦੋਂ ਉਹ ਉੱਠ ਕੇ ਸਟੇਜ ਤੋਂ ਥੱਲੇ ਆਇਆ ਤਾਂ ਮਹਾਂਪੁਰਖਾਂ ਨੇ ਇੱਕ ਵਚਨ ਕਿਹਾ ਸੀ, ਕਹਿਣ ਲੱਗੇ ਅੱਜ ਬੜੀਆਂ ਚਪੇੜਾਂ ਮਾਰੀਆਂ ਨੇ। ਕਹਿਣ ਲੱਗੇ ਜੀ ਚਪੇੜਾਂ ਕਾਹਦੀਆਂ? ਕਹਿਣ ਲੱਗੇ ਪਿਓ ਦੇ ਸਾਹਮਣੇ ਪੁੱਤਰ ਦੀਆਂ ਸਿਫਤਾਂ ਕਰੀ ਜਾਓ ਅਤੇ ਪਿਓ ਵੱਲ ਨੂੰ ਮੂੰਹ ਨਾ ਕਰੋ। ਫਿਰ ਉਹਦੇ ਮੂੰਹ ਦੇ ਉੱਤੇ ਚਪੇੜਾਂ ਨਹੀਂ ਤਾਂ ਹੋਰ ਕੀ? ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਨ ਵਾਸਤੇ ਤਾਂ ਗੁਰੂ ਦੀ ਸਟੇਜ 'ਤੇ ਬੈਠੇ, ਕਰਨੀ ਤਾਂ ਗੁਰੂ ਕੀ ਗੱਲ ਸੀ? ਗੁਰੂ ਦੀ ਗੱਲ ਦੀ ਬਜਾਏ ਇਸ ਆਮ ਬੰਦੇ ਦੀਆਂ ਸਿਫਤਾਂ ਗਾ ਗਾ ਕੇ ਸੰਗਤ ਦਾ ਸਮਾਂ ਅਜਾਈ ਗਵਾਇਆ। ਇਸ ਬੰਦੇ ਦੇ ਮੂੰਹ ਦੇ ਉੱਤੇ ਚਪੇੜਾਂ ਨਹੀਂ ਅਤੇ ਹੋਰ ਕੀ? ਵੀ ਗੁਰੂ ਕੀ ਹਜ਼ੂਰੀ ਦੇ ਵਿੱਚ ਗੁਰੂ ਦੀ ਥਾਂ ਦੇ ਉੱਤੇ ਇਹਦਾ ਹੀ ਨਾਂ ਬੋਲਿਆ ਗਿਆ ਹੋਵੇ। ਅੱਜ ਵੀ ਲੋੜ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੈ ਜੈਕਾਰ ਸਿਰਫ ਅਤੇ ਸਿਰਫ ਗੁਰੂ ਕੀ, ਗੁਰੂ ਕੇ ਸ਼ਬਦ ਦੀ। ਜਦੋਂ ਅਸੀਂ ਬੰਦੇ ਦੀਆਂ ਵਡਿਆਈਆਂ ਕਰਨ ਲੱਗ ਪੈਂਦੇ ਹਾਂ, ਮਾਨੁੱਖ ਕੀ ਟੇਕ ਬਿਰਥੀ ਸਭ ਜਾਣ, ਦੇਵਣ ਕਹੋ ਇੱਕ ਹੈ ਭਗਵਾਨ। ਉਹਨਾਂ ਮਹਾਂਪੁਰਖਾਂ ਦੇ ਜੀਵਨ ਤੋਂ ਸੇਧ ਲਈਏ ਜਿਨ੍ਹਾਂ ਨੇ ਆਪਣੇ ਸਥਾਨ ਨਹੀਂ ਬਣਾਏ, ਆਪਣੀਆਂ ਝੁੱਗੀਆਂ ਨਹੀਂ ਬਣਾਈਆਂ, ਆਪਣੇ ਡੇਰੇ ਨਹੀਂ ਬਣਾਏ। ਉਹਨਾਂ ਨੇ ਕਿਹਾ ਅਸੀਂ ਆਪਣੇ ਡੇਰਿਆਂ ਨਾਲ ਜੋੜਨ ਵਾਸਤੇ ਨਹੀਂ, ਅਸੀਂ ਤੁਹਾਨੂੰ ਗੁਰੂ ਨਾਨਕ ਨਾਲ ਜੋੜਨ ਵਾਸਤੇ ਆਏ ਹਾਂ, ਅਸੀਂ ਤੁਹਾਨੂੰ ਕਰਤਾਰ ਨਾਲ ਜੋੜਨ ਵਾਸਤੇ ਆਏ ਹਾਂ। ਉਹਨਾਂ ਮਹਾਂਪੁਰਖਾਂ ਅੱਗੇ ਸਿਰ ਝੁਕਦਾ ਹੈ। ਪਰ ਜਿਹੜੇ ਅੱਜ ਆਪਣੀਆਂ ਵਡਿਆਈ ਕਰਵਾਈ ਜਾਂਦੇ, ਗੁਰੂ ਗ੍ਰੰਥ ਸਾਹਿਬ ਦੀ ਥਾਂ 'ਤੇ ਆਪਣੇ ਪੈਰ ਘੁਟਾਈ ਜਾਂਦੇ, ਆਪਣੀ ਹੀ ਸਿਰਫ ਅਤੇ ਸਿਰਫ ਪੂਜਾ ਉਪਾਸ਼ਨਾ ਕਰਾਈ ਜਾਂਦੇ, ਉਹਨਾਂ ਲੋਕਾਂ ਨੂੰ ਕੀ ਕਹੋਗੇ? ਉਹ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਰਤਦੇ ਨੇ ਨਾ। ਪਹਿਲਾਂ ਤਾਂ ਆਪਾਂ ਆ ਕਹਿੰਦੇ ਸਾਂ ਕਿ ਰਾਧਾ ਸਵਾਮੀ ਬਾਣੀ ਨੂੰ ਵਰਤਦੇ ਨੇ ਜੀ, ਨਿਰੰਕਾਰੀ ਬਾਣੀ ਨੂੰ ਵਰਤਦੇ ਜਣੀ, ਆ ਅਸ਼ੂਤੋਸ਼ੀਏ ਬਾਣੀ ਦੇ ਅਰਥਾਂ ਦਾ ਗਲਤ ਫਾਇਦਾ ਉਠਾਉਂਦੇ ਨੇ ਜੀ, ਅਸੀਂ ਇਹ ਕਹਿੰਦੇ ਸਾਂ। ਪਰ ਉਹਨਾਂ ਵੱਲ ਕੀ ਕਰਾਂਗੇ ਜਿਹੜੇ ਸਾਡੇ ਭੇਖ ਦੇ ਵਿੱਚ ਸਾਡੇ ਹੀ ਭਰਾ ਅੰਮ੍ਰਿਤਧਾਰੀ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਥਾਂ 'ਤੇ ਆਪਣੀਆਂ ਸਿਫਤਾਂ ਕਰਵਾਈ ਜਾਣ? ਅਸੀਂ ਉਹਨਾਂ ਮਹਾਂਪੁਰਖਾਂ ਦੇ ਪਾਏ ਪੂਰਨਿਆਂ 'ਤੇ ਚੱਲਣਾ ਹੈ ਜਿਨ੍ਹਾਂ ਨੇ ਆਪਣੱਤ ਨਾਲ ਨਹੀਂ, ਆਪਣੇ ਡੇਰਿਆਂ ਨਾਲ ਨਹੀਂ, ਬਲਕਿ ਗੁਰੂ ਕੇ ਸ਼ਬਦ ਨਾਲ ਜੋੜਿਆ। ਗੁਰੂ ਕੇ ਬਣਾਇਆ ਸਾਨੂੰ, ਕਿਸੇ ਵਿਅਕਤੀ ਦੇ ਨਹੀਂ ਬਣਾਇਆ। ਇੱਕ ਵਿਅਕਤੀ ਦੇ ਕਥਨ ਨੇ, ਉਹ ਕਹਿੰਦਾ ਅੱਜ ਦੇ ਧਾਰਮਿਕ ਲੋਕਾਂ ਵੱਲ ਵੇਖ ਕੇ ਮੈਨੂੰ ਕੀ ਪ੍ਰਤੀਤ ਹੁੰਦਾ ਹੈ, ਇਸ ਜਗਤ ਦੀ ਅੱਖ ਅੰਦਰ ਇੱਕ ਰੜਕ ਰੜਕ ਦੀ ਦੇਖੀ ਹੈ, ਕੋਈ ਖੂਨ ਖਰਾਬਾ ਹੋਵੇਗਾ, ਓਏ ਪੰਡਤਾ ਮੈਂ ਤੇਰੀ ਅੱਖ ਫੜਕਦੀ ਵੇਖੀ ਹੈ। ਅੱਜ ਦੇ ਧਾਰਮਿਕ ਲੋਕਾਂ ਦਾ ਸੁਭਾਅ ਕਿਹੋ ਜਿਹਾ ਹੋ ਗਿਆ ਹੈ, ਉਹਨਾਂ ਵੱਲ ਵੇਖ ਕੇ ਇਉਂ ਪ੍ਰਤੀਤ ਹੁੰਦਾ ਦੰਗੇ ਹੋਣਗੇ, ਫਸਾਦ ਹੋਏਗਾ, ਇਹ ਲੋਕ ਆ ਗਏ ਨੇ, ਇਹਨਾਂ ਨੇ ਬਸ ਧਰਮ ਦੇ ਨਾਂ ਦੇ ਉੱਤੇ ਵੰਡੀਆਂ ਪਾ ਦੇਣੀਆਂ ਨੇ। ਹੋਇਆ ਕੀ? ਉਹ ਕਹਿੰਦਾ ਇਸ ਜਗਤ ਦੀ ਅੱਖ ਅੰਦਰ ਮੈਂ ਇੱਕ ਰੜਕ ਰੜਕ ਦੀ ਵੇਖੀ ਏ, ਕੋਈ ਖੂਨ ਖਰਾਬਾ ਹੋਏਗਾ, ਓਏ ਪੰਡਤਾ ਮੈਂ ਤੇਰੀ ਅੱਖ ਫੜਕਦੀ ਦੇਖੀ ਏ, ਕਾਫਰ ਮੋਮਨ ਦੇ ਨਾਂ ਥੱਲੇ ਤਲਵਾਰ ਖੜਕਦੀ ਦੇਖੀ ਏ, ਕਾਜੀ ਦੇ ਹੱਥ ਲਾਇਆ ਕੁਰਾਨ ਤੜਫਦੀ ਦੇਖੀ ਏ। ਇਸ ਸਾਰੇ ਜੱਗ ਦੇ ਅੰਦਰ, ਦੁਨੀਆਂ ਦੇ ਅੰਦਰ ਧਾਰਮਿਕ ਲੋਕਾਂ ਦਾ ਸੁਭਾਅ ਕਿਹੋ ਜਿਹਾ ਹੋ ਗਿਆ ਹੈ? ਕਾਫਰ ਮੋਮਨ ਦੇ ਨਾਂ ਥੱਲੇ ਤਲਵਾਰ ਖੜਕਦੀ ਦੇਖੀ ਏ, ਓਏ ਕਾਜੀਆ ਤੇਰੀ ਕੱਛ ਥੱਲੇ ਮੈਂ ਕੁਰਾਨ ਤੜਫਦੀ ਦੇਖੀ ਏ, ਮਰੀਅਮ ਵੀ ਮਜ਼ਹਬੀ ਰੌਲੇ ਵਿੱਚ ਖਾਮੋਸ਼ ਹੋਈ ਮੈਂ ਦੇਖੀ ਏ, ਪਾਦਰੀ ਦੇ ਹੱਥ ਲਾਇਆ ਬਾਈਬਲ ਬੇਹੋਸ਼ ਹੋਈ ਮੈਂ ਦੇਖੀ ਏ, ਗੁਰੂ ਗ੍ਰੰਥ ਦੇ ਨਾਂ ਦੇ ਉੱਤੇ ਭਰਮ ਜਾਲ ਵਿਛਾਇਆ ਹੈ। ਇਉਂ ਲੱਗਦਾ ਅੱਜ ਦੇ ਬਾਬਿਆਂ ਨੇ ਗੁਰੂ ਅਰਜਨ ਨੂੰ ਮੁੜ ਤੱਤੀ ਤਵੀ ਬਿਠਾਇਆ ਹੈ। ਗੁਰੂ ਅਰਜਨ ਦੇਵ ਜੀ ਵੀ ਸੋਚਦੇ ਹੋਣਗੇ ਇਹ ਮੇਰੇ ਘਰ ਦੇ ਪ੍ਰਚਾਰਕ ਨੇ, ਇਹ ਮੇਰੇ ਘਰ ਦੇ ਗੁਰਸਿੱਖ ਨੇ, ਜਿਨ੍ਹਾਂ ਨੇ ਬਾਬਤ ਸਤਿਗੁਰੂ ਜੀ ਨੇ ਕਿਹਾ ਸੀ ਮੇਰੇ ਸਿੱਖ ਤਾਂ ਉਹ ਜਿਹੜੇ ਸੰਸਾਰ ਦੇ ਲਾਹ ਦਰਸਾਊ ਹੋਣਗੇ, ਆਪਣੱਤ ਨਾਲ ਜੋੜਨ ਵਾਸਤੇ ਨਹੀਂ, ਸੰਸਾਰ ਦੇ ਭਲੇ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰਨ ਵਾਸਤੇ ਹੋਣਗੇ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਆਸਰਾ ਲੈ ਕੇ ਆਪਣੇ ਡੇਰਿਆਂ ਨੂੰ ਚਲਾਉਣਾ, ਆਪਣੀ ਦੁਕਾਨਦਾਰੀ ਨੂੰ ਅੱਗੇ ਵਧਾਉਣਾ, ਇਹ ਕਾਹਦੀ ਸਿੱਖੀ ਹੈ? ਸਤਿਗੁਰੂ ਜੀ ਨੇ ਕਿਹਾ ਸੀ ਸਿੱਖੀ ਕਮਾ, ਡੇਰੇ ਪ੍ਰਫੁੱਲਤ ਹੋਣਗੇ। ਬਾਬਾ ਆਨੰਦ ਸਿੰਘ ਨੇ ਤਾਂ ਡੇਰਾ ਬਣਾਇਆ ਹੀ ਨਹੀਂ, ਪਰ ਅੱਜ ਵੇਖੋ ਸੰਸਾਰ ਦੇ ਅੰਦਰ ਉਹਨਾਂ ਦੀ ਜੈ ਜੈਕਾਰ, ਉਹਨਾਂ ਦਾ ਦਿਨ ਮਨਾਇਆ ਜਾਂਦਾ ਹੈ। ਪਰ ਜਿਨ੍ਹਾਂ ਨੇ ਸਿਰਫ ਅਤੇ ਸਿਰਫ ਆਪਣੇ ਡੇਰੇ ਨੂੰ ਮੁੱਖ ਰੱਖਿਆ, ਉਹ ਗੁਰੂ ਵਾਲੇ ਪਾਸਿਓਂ ਵਿਹੂਣੇ ਹੋ ਗਏ। ਸਤਿਗੁਰੂ ਜੀ ਨੇ ਕਿਹਾ ਗੁਰੂ ਵੱਲ ਨੂੰ ਮੁੱਖ ਕਰਕੇ ਚੱਲੇਗਾ, ਗੁਰੂ ਤੈਨੂੰ ਕਿਸੇ ਕਿਸਮ ਦੀ ਕਮੀ ਨਹੀਂ ਰਹਿਣ ਦੇਵੇਗਾ। ਮਹਾਰਾਜ ਜੀ ਨੇ ਬਚਨ ਕੀਤਾ, ਕਹਿਣ ਲੱਗੇ ਗੁਰੂ ਦੇ ਬਚਨਾਂ ਨੂੰ ਮੰਨ, ਕਿਉਂਕਿ ਜਿਹੜੇ ਗੁਰੂ ਦੇ ਕਹਿਆਂ ਅਨੁਸਾਰ ਆਪਣਾ ਜੀਵਨ ਜਿਉਂਦੇ ਨੇ, ਗੁਰੂ ਉਹਨਾਂ ਨੂੰ ਇਸ ਸੰਸਾਰ ਦੇ ਉੱਤੇ ਬੁਲੰਦੀਆਂ ਅਤੇ ਸਿਖਰਾਂ 'ਤੇ ਪਹੁੰਚਾ ਦਿੰਦੇ ਨੇ। ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਤਿੰਨਾਂ ਮਿਲਿਆ ਗੁਰ ਆਏ ਜਿਨ ਕੋ ਲਿਖਿਆ, ਜਿਨ੍ਹਾਂ ਦੇ ਲੇਖਾਂ ਦੇ ਵਿੱਚ ਲਿਖਿਆ ਕਿ ਸਤਿਗੁਰੂ ਨਿਰੰਕਾਰ ਆਪ ਤ੍ਰਿਠੇ ਮਿਹਰ ਦੇ ਘਰ ਵਿੱਚ ਆਵੇ, ਉਹਨਾਂ ਨੂੰ ਪੂਰਾ ਗੁਰੂ ਮਿਲਦਾ, ਉਹਨਾਂ ਦਾ ਛੁਟਕਾਰਾ ਹੋ ਜਾਂਦਾ ਇਹੋ ਜਿਹੇ ਦੰਭੀਆਂ ਪਖੰਡੀਆਂ
देहधारी गुरुआं दे नालों जिहड़े सिर्फ अपने चरणां नाल जोड़दे, ओह सिर्फ ते सिर्फ पूजा अकाल दी दा होका देंदे। जिहड़े निरंकारी गुरु हुंदे ओह इह नहीं कहिंदे साडे नाल जुड़ो, ओह कहिंदे दुनिया दे लोको पूजा साडी ना करो, पूजा अकाल की करो। पर अज दा देहधारी गुरु कहिंदा मैनू पूजो, मेरे वड्डियां वडेरियां दीआं मड़ियां नूं पूजो, उहनां दीआं कबरां ते जाके दीवे बालो। मेरे गुरु ने कहा सी हाथ ते धागा बन लओगे तुहानू किसे दी नज़र नहीं लगेगी। मेरे गुरु ने कहा सी जे तुहानू किसे वेले औखा भारा समा बने रखा बना के लै लिओ, जे गलां विच तवीत पा लिओ, जे फलाने दी थां दे उत्ते जाके तेल पा दिओ। जे गुरु ने कहा नहीं, जे सचमुच निरंकार दे घर दी उपासना चाहुंदा है ते पूजा व्यक्ति दी नहीं, मड़ियां मसाना दी नहीं, पत्थरां दी नहीं। कादी? गुरु गोबिंद सिंह ने कहा पूजा अकाल की, पूजा करनी है ते अकाल दी। अकाल दी पूजा दा भाव निरंकार दी उपासना, उहदा भजन, उहदी बंदगी। हजूर ने वचन कीता कहण लगे तिना मिलिया गुर आए जिनको लिखिया, जिन्हां दे भाग जागदे ने, जिन्हां दे कर्म चंगे हुंदे ने उहनां नूं पूरा गुरु प्राप्त हुंदा है। उह अधूरियां दे नालों पासे हो जांदे, उह पूरे गुरु दे अधिकारी बन जांदे। पूरा गुरु की करदा? महाराज दे वचन ने गुर पूरा भेटियो वडभागी, मनै भया परगासा, कोई ना पहुंचन हारा दूजा अपने साहिब का परवासा। वह सिर्फ ते सिर्फ परवासा आसरा निरंकार दा देंदे। कहिंदे आसरा लैणा जे आउट लैणी जे ते निरंकार दी लो, उहदे उत्ते अपनी डोरी रखो, वह हर थां दे उत्ते तुहाडी लोड़ पूरी करेगा। अधूरा गुरु अपने नाल जोड़दा है ते पूरे गुरु दी निशानी वह अपने नाल नहीं, वह परमात्मा नाल जोड़दा है। किते गुरु नानक ने अपने जीवन दे अंदर यह नहीं कहा मेरे बन के चलो, मेरे चरणां नाल जुड़ो, करतारपुर आओ, उत्थे सारियां तुहाडियां लोड़ां पूरियां होणगियां। किते कहा गुरु नानक देव जी महाराज ने जिथे गुरु नानक गए उत्थे पूजा वाला थां आप बन गया। जिथे बाबा पैर धरै पूजा आसन थापण सोवा, क्योंकि धरती नूं तां तां पूजदे हां असीं कि उस धरती दे उत्ते बंदगी वाला पुरश आ गया, ते जिथे बंदगी वाला पुरश जांदा सी दुनिया दी लुकाई उल्ट भई लुकाई, दुनिया सारी उसे वाले पासे नूं तुर पैंदी सी कि बाबे नानक कोलों कुछ प्राप्त होना है। और सिर्फ आम व्यक्तियां दीआं गल्लां नहीं, जिथे गुरु नानक जांदे सन उत्थे वड्डे वड्डे खब्बी खान पहुँचदे सन, उत्थे सिद्धनाथ जोगी पहुँचदे सन, अपने शंकियां दी निवृत्ति करवाउंदे सन और गुरु नानक उहनां दी संतुष्टि करवाउंदे सन। किसी नाल झगड़ा नहीं कि तुहाडे सवालां दा जवाब नहीं देना, नहीं। महाराज कहिंदे जिन्नी निरंकार ने बख्शिश कीती ना समझ, उस अनुसार तुहाडे सवालां दा जवाब देंगे। और निरंकार दे निरंकार ने कृपा कीती सी, अपना स्वरूप बना के भेजिया सी। गुरु नानक नूं पुछिए महाराज तुसीं किवें जित प्राप्त कीती उहनां लोकां दे उत्ते जिहड़े किसे कंट्रोल विच नहीं सन आउंदे, जिन्हां ने दुनिया नूं अपने अधीन बन्निया होया सी, दुनिया थर थर कंबदी फिरदी सी भी इह लोक करामाती ने, इहनां लोकां दे कोल रिद्धियां सिद्धियां ने, इह लोक फूक मारनगे ते पता नहीं की कर देणगे, इहनां ने चालीसा कट लिया ते पता नहीं शहर गर्क कर देणगे। है सन ना लोक उस वेले इहो जे सारे सन, और लोक डरदे फिरदे सन। गुरु नानक नूं पुछिए मारे इहनां दे उत्ते जित किवें प्राप्त कीती, हजूर वचन करदे, भाई गुरदास जी बोलदे कहिंदे शब्द जित्ती सिद्ध मंडली की तुस अपना पंथ निराला। शब्द की बदौलत, गुरबाणी की बदौलत, गुरु के बचना की बदौलत अज असी गुरु के बचना तो टुटते जा रहे हाँ। यही कारण है कि डूगी खंड के डिगते जा रहे हाँ। पंथ दुखी सानू अपने जाल में उलझाते जा रहे हैं, असी उन्हां लोकां दे भरम जाल में फसते जा रहे हाँ। असी अपने परिवार का भी संतुलन कायम नहीं रख रहे ते साडा समाज भी सही नहीं है। कारण यही कि असी गुरु के शब्द तों टुट गए। गुरु ने सानू शब्द की डंगोरी पकड़ाई सी, सरबदा अचल दिता सी, असी उस तों विहूणे हो गए। हजूर ने कहा भलिया कुदरती तेरे उत्ते कृपा हुई है कि जैसा सतगुर सुनीदा तैसो ही मैं डीठ, विछड़िया मेले प्रभु हर दरगे का बसीठ, हर नामो मंत्र दड़ाए दा कट्टे हों मैं रोग, नानक सतगुर तिना मिलाया जिना तुरे पया संजोग। जिनको भाओ लिखिया, जिन्हां दे कर्मां दे विच निरंकार ने लिखिया भी भलियो आओ पूरे गुरु नाल तुहाडा संबंध जुड़ेगा। गुरु ने उन्हां दे उत्ते मेहर कीती, अमृत हर का नाओ देवे दिखिया। संसार दे लोक कहिंदे ने साडा अंगूठा भिओ पाणी दे विच ते इहनू पी लो इह तुहाडे वास्ते दिखिया। कोई फूकां मार के पाणी देंदा फिरदा है, कोई किसे ढंग नाल दिखिया देंदा है, कोई किसे ढंग नाल। हजूर ने समझाया कहण लगे पूरा गुरु दिखिया निरंकार दे नाम दी देंदा है। वह नाम की है अमृत जल।
ਜਿਹੜਾ ਕਲਗੀਆਂ ਵਾਲੇ ਨੇ ਬਾਅਦ ਵਿੱਚ ਸਾਨੂੰ ਅੰਮ੍ਰਿਤ ਰੂਪ ਵਿੱਚ ਪ੍ਰਦਾਨ ਕੀਤਾ ਅਤੇ ਇਹ ਨਹੀਂ ਕਿਹਾ ਸਿੱਖਾ ਪੰਜ ਘੁੱਟ ਤੇਰੇ ਮੂੰਹ ਅੰਦਰ ਪਾ ਦਿੱਤੇ, ਪੰਜ ਤੇਰੀਆਂ ਅੱਖਾਂ ਵਿੱਚ ਛੱਟੇ ਮਾਰ ਦਿੱਤੇ, ਪੰਜ ਤੇਰੇ ਦਿਮਾਗ ਵਿੱਚ ਤੇਰੇ ਸਿਰ ਵਿੱਚ ਚਵਾ ਦਿੱਤੇ ਅਤੇ ਤੂੰ ਪੂਰਾ ਹੋ ਗਿਆ। ਨਹੀਂ ਕਿਹਾ ਇਹ ਨਿਰੰਕਾਰ ਦੇ ਨਾਮ ਨੂੰ ਤੁਸੀਂ ਰੋਜ਼ ਪੀਣਾ ਹੈ, ਰੋਜ਼ ਪੀਓਗੇ ਅੰਦਰ ਜਿਹੜਾ ਹੈ ਪਵਿੱਤਰ ਰਹੇਗਾ, ਅੰਦਰ ਤੁਹਾਡਾ ਜਿਹੜਾ ਉਹ ਸਹੀ ਸਲਾਮਤ ਰਹੇਗਾ, ਕਿਉਂਕਿ ਜਿਹਦੇ ਅੰਦਰ ਬਾਣੀ ਹੋਵੇਗੀ, ਜਿਹਦੇ ਅੰਦਰ ਨਾਮ ਹੋਏਗਾ, ਉਹਦੇ ਅੰਦਰ ਭਟਕਣਾ ਨਹੀਂ ਹੋਵੇਗੀ। ਨਾਮ ਨਾਲ ਜੁੜਿਆ ਹੋਇਆ ਵਿਅਕਤੀ ਕਿਸੇ ਪੁਰਸ਼ ਦੇ ਅੱਗੇ ਆਪਣਾ ਸੀਸ ਨਹੀਂ ਝੁਕਾਏਗਾ, ਉਹ ਵਾਹਿਗੁਰੂ ਦੇ ਉੱਤੇ ਡੋਰੀ ਰੱਖੇਗਾ ਅਤੇ ਕਹੇਗਾ ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰੈ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਮਹਾਰਾਜ ਤੇਰੀ ਔੜ ਤੇਰਾ ਆਸਰਾ, ਤੇਰੇ ਆਸਰੇ ਪਰਨੇ ਪੈ ਗਏ ਹਾਂ, ਕਿਉਂਕਿ ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਦਰ, ਆਣ ਨਾ ਬੀਆ ਤੇਰੀ ਸਮਸਰ। ਤੇਰੇ ਬਰੋਬਰ ਕੋਈ ਹੋਰ ਸ਼ਕਤੀ ਹਸਤੀ ਹੋਵੇ ਤੇ ਮਹਾਰਾਜ ਅਸੀਂ ਉਹਦੇ ਅੱਗੇ ਝੁਕੀਏ, ਤੇਰੇ ਵਰਗਾ ਤਾਂ ਬਸ ਤੂੰ ਹੀ ਹੈ, ਤੇਰੇ ਵਰਗਾ ਹੋਰ ਸੰਸਾਰ ਦੇ ਉੱਤੇ ਕੋਈ ਨਹੀਂ। ਮਹਾਰਾਜ ਕਹਿੰਦੇ ਫਿਰ ਉਹ ਗੁਰੂ ਜਿਹੜਾ ਨਿਰੰਕਾਰ ਦਾ ਸਰੂਪ ਬਣ ਜਾਂਦਾ ਹੈ, ਜਿਹਦੇ ਉੱਤੇ ਨਿਰੰਕਾਰ ਆਪਣੀ ਮਿਹਰ ਪਾਉਂਦਾ ਹੈ, ਉਹ ਫਿਰ ਅੰਮ੍ਰਿਤ ਰੂਪੀ ਨਾਮ ਦੀ ਦੀਖਿਆ ਦਿੰਦਾ ਹੈ। ਚਾਲੇ ਸਤਿਗੁਰੂ ਭਾਏ ਭਵੇ ਨਾ ਭਿਖਿਆ, ਉਹ ਗੁਰੂ ਦੇ ਪਿਆਰ ਦੇ ਵਿੱਚ ਆਪਣਾ ਜੀਵਨ ਜਿਉਂਦੇ ਜਿਨ੍ਹਾਂ ਨੂੰ ਇਨਾਮ ਦੀ ਦੀਖਿਆ ਮਿਲ ਜਾਂਦੀ। ਹਜ਼ੂਰ ਕਹਿੰਦੇ ਫਿਰ ਉਹ ਲੋਕਾਂ ਦੇ ਅੱਗੇ ਭਿਕਸ਼ਾ ਨਹੀਂ ਮੰਗਦੇ, ਹੱਥ ਨਹੀਂ ਅੜਦੇ ਵੀ ਸਾਡੇ ਕਟੋਰੇ ਵਿੱਚ ਪਾ ਦਿਓ ਕੁਛ, ਬਸ ਉਹ ਡੋਰੀ ਰੱਖਦੇ ਅਤੇ ਇੱਕ ਨਿਰੰਕਾਰ ਦੇ ਉੱਤੇ। ਜਾਂ ਕੋ ਮਹਿਲ ਹਜ਼ੂਰ ਦੂਜਾ ਨਿਵੇ ਕਿਸ, ਜਿਹੜੇ ਉਹਦੀ ਹਜ਼ੂਰੀ ਵਿੱਚ ਆ ਜਾਂਦੇ ਉਹ ਫਿਰ ਕਿਸੇ ਦੂਸਰੇ ਦੇ ਅੱਗੇ ਨਿਭਦੇ ਨਹੀਂ, ਉਹ ਕਿਸੇ ਦੂਸਰੇ ਦੇ ਅੱਗੇ ਹੱਥ ਨਹੀਂ ਜੋੜਦੇ, ਝੋਲੀਆਂ ਨਹੀਂ ਅੱਡਦੇ, ਉਹ ਕਹਿੰਦੇ ਮੈਨੂੰ ਸਿਰਫ ਟੇਕ ਅਤੇ ਨਿਰੰਕਾਰ ਪ੍ਰਭੂ ਪਰਮਾਤਮਾ ਦੀ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ, ਤੁਧ ਆਪੇ ਸਿਸ਼ਟ ਸਿਰਜੀਆ ਆਪੇ ਫੁਨ ਗੋਈ। ਸਤਿਗੁਰੂ ਤੂੰ ਹੀ ਤਾਂ ਹੈ ਜਿਹਨੇ ਇਸ ਸਮੁੱਚੀ ਕਾਇਨਾਤ ਨੂੰ ਬਣਾਇਆ ਹੈ, ਸਮੁੱਚੀ ਮਨੁੱਖਤਾ ਨੂੰ ਬਣਾਇਆ, ਸਮੁੱਚੇ ਸੰਸਾਰ ਦੀ ਪਾਲਣਾ ਪੋਸ਼ਣਾ ਕਰ ਰਿਹਾ ਹੈ, ਤੇਰੇ ਤੋਂ ਬਿਨਾਂ ਹੋਰ ਮੈਂ ਕਿਸੇ ਦੇ ਅੱਗੇ ਕਿਉਂ ਨਿਵਾਂ। ਦਰ ਦਰਵਾਣੀ ਨਾਹੇ ਮੂਲੇ ਪੁੱਛ ਤਿਸ, ਅਤੇ ਜਿਹੜੇ ਇਹੋ ਜਿਹੇ ਅਧਿਕਾਰੀ ਬਣ ਜਾਂਦੇ ਉਹਨਾਂ ਨੂੰ ਜਮਾਂ ਦੀ ਵੀ ਰੋਕ ਟੋਕ ਨਹੀਂ ਪੈਂਦੀ, ਉਹ ਸਿੱਧੇ ਨਿਰੰਕਾਰ ਦੀ ਦਰਗਾਹ ਵਿੱਚ ਜਾਂਦੇ। ਛੂਟੇ ਤਾਂ ਕਹਿ ਬੋਲ ਸਾਹਿਬ ਨਦਰ ਜਿਸ, ਉਹਦੇ ਬੋਲਾਂ ਦੇ ਨਾਲ ਮਨੁੱਖ ਸੰਸਾਰ ਦੇ ਅੰਦਰ ਆਪਣੇ ਆਪ ਨੂੰ ਛਡਾ ਲੈਂਦਾ ਵਿਕਾਰਾਂ ਵੱਲੋਂ, ਸੰਸਾਰ ਦੀਆਂ ਵਿਸ਼ਿਆਂ ਵੱਲੋਂ, ਪਦਾਰਥਾਂ ਦਾ ਮੋਹ ਉਹਦੇ ਅੰਦਰੋਂ ਟੁੱਟ ਜਾਂਦਾ, ਜਿਹਦੇ ਉੱਤੇ ਉਸ ਗੁਰੂ ਦੀ ਮਿਹਰ ਹੋ ਜਾਂਦੀ ਜਿਹੜਾ ਗੁਰੂ ਨਿਰੰਕਾਰ ਸਵਰੂਪ ਹੈ। ਹਜ਼ੂਰ ਕਹਿੰਦੇ ਘੱਲੇ ਆਣੇ ਆਪ ਜਿਸ ਨਾ ਹੀ ਦੂਜਾ ਮਤੈ ਕੋਏ, ਉਹ ਨਿਰੰਕਾਰ ਪ੍ਰਭੂ ਪਰਮਾਤਮਾ ਸੰਸਾਰ ਦੇ ਜੀਵਾਂ ਨੂੰ ਘੱਲਦਾ ਹੈ, ਜਿਹੜਾ ਕਿਸੇ ਨਾਲ ਹੋਰ ਕੋਈ ਸਲਾਹ ਮਸ਼ਵਰਾ ਨਹੀਂ ਕਰਦਾ। ਸਲਾਹ ਮਸ਼ਵਰਾ ਤਾਂ ਉਹ ਤਾਂ ਕਿਸੇ ਨਾਲ ਕਰੇ ਜੇ ਉਹਦੇ ਵਰਗਾ ਕੋਈ ਹੋਰ ਹੋਵੇ। ਘੱਲੇ ਆਣੇ ਆਪ ਜਿਸ ਨਾ ਹੀ ਦੂਜਾ ਮਤੈ ਕੋਏ, ਢਾਹੇ ਉਹ ਸਾਰੇ ਸਾਜ ਜਾਣੈ ਸਭ ਸੋਏ। ਉਹੀ ਕਰਤਾ ਪੁਰਖ ਵਾਹਿਗੁਰੂ ਹੈ ਜਿਹੜਾ ਸਮੁੱਚੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਉਸਾਰਨ ਵਾਲਾ ਵੀ ਹੈ ਅਤੇ ਢਾਉਣ ਵਾਲਾ ਵੀ ਹੈ। ਬਸ ਜਿਹੜੇ ਉਹਦੇ ਕਿਰਪਾ ਦੇ ਪਾਤਰ ਬਣ ਗਏ, ਨਾ ਉਹ ਨਾਨਕ ਬਖਸ਼ਿਸ਼ ਨਦਰੀ ਕਰਮ ਹੋਏ, ਉਹਨਾਂ ਦੇ ਉੱਤੇ ਬਖਸ਼ਿਸ਼ ਹੁੰਦੀ ਹੈ ਨਿਰੰਕਾਰ ਦੇ ਘਰ ਦੀ, ਅਤੇ ਨਿਰੰਕਾਰ ਉਹਨਾਂ ਦੇ ਹਿਰਦੇ ਦੇ ਅੰਦਰ ਆਪਣਾ ਨਾਮ ਪਾ ਦਿੰਦਾ ਹੈ, ਉਹਨਾਂ ਨੂੰ ਨਾਨਕ ਨਦਰੀ ਨਦਰ ਨਿਹਾਲ ਕਰ ਦਿੰਦਾ ਹੈ। ਗੁਰੂ ਕਰੇ ਕਿਰਪਾ ਸਾਡੇ ਅੰਦਰ ਵੀ ਨਿਰੰਕਾਰ ਦੇ ਨਾਮ ਦਾ ਰੰਗ ਲੱਗੇ, ਇਹ ਪਿਆਰ ਜਾਗੇ, ਤਾਂ ਕਿ ਅਸੀਂ ਵੀ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਆਪਣੇ ਆਪੇ ਨੂੰ ਸਵਾਰ ਸਕੀਏ ਅਤੇ ਬਣਾ ਸਕੀਏ ਆਪਣਾ ਲੋਕ ਸੁਖੀਆ ਅਤੇ ਪਰਲੋਕ ਸੁਹੇਲਾ। ਹੋਈਆਂ ਭੁੱਲਾਂ ਨਾ ਚਿਤਾਰਨੀਆਂ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ।